ਚਲੋ ਠੀਕ ਹੈ ਮੈਂ ਚੁੱਪ ਆ ਜਾਣੀ ਬਈ 5 ਮਿੰਟ ਦੀ ਗੱਲ ਆ ਬੱਤੀ ਆ ਗਈ ਅੱਛਾ ਬੱਤੀ ਚੱਲ ਗਈ ਓਹੋ ਇਹ بڑا ਮਸਲਾ ਯਾਰ ਇੰਡੀਆ ਬੱਤੀ ਜਾਂਦਾ ਜੇ ਵੀ ਚੱਲ ਜੇ ਬੱਤੀ ਆਂਦੀਆਂ ਦੀ ਬੱਤੀ ਗਈ ਹੈ ਨਾ ਤਾਂ ਹੀ ਕਰਦੇ ਇਹ ਸਾਰੀ ਬੱਤੀ ਗਰਦਾਸ ਮਨ ਲੈ ਗਿਆ ਖਿੱਚ ਕੇ ਪੰਜਾਬ ਵਿੱਚ ਬੱਤੀ ਆ ਨਹੀਂ ਆ ਆ ਠੀਕ ਕਰ ਲਓ ਕੋਈ ਨਹੀਂ ਦੁਬਾਰਾ ਸ਼ੁਰੂ ਕਰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਮਿੱਤਰਾਂ ਦੇ ਪੋਡਕਾਸਟ ਦੇ ਵਿੱਚ ਅੱਜ ਸਾਡੇ ਨਾਲ ਜਿਹੜੇ ਮਹਿਮਾਨ ਨੇ ਉਹ ਕਿਸੇ ਪਹਿਚਾਨ ਦੇ ਮੌਤਾਜ ਨਹੀਂ ਕਿਉਂਕਿ ਉਹਨਾਂ ਨੂੰ ਤੁਸੀਂ ਇੰਸਟਾਗ੍ਰਾਮ ਰੀਲਾ ਉੱਤੇ ਵੇਖਿਆ ਹੀ ਏ ਉਹਨਾਂ ਦੀ ਇੱਕ ਰੀਲ ਪੜੀ ਵਾਇਰਲ ਹੋਈ ਸੀ ਕਿ ਅੱਜ ਫੇਰ ਆਰਡਰ ਕੈਂਸਲ ਹੋ ਗਿਆ ਇਹ ਰੀਲ ਬੜੀ ਵਾਇਰਲ ਹੋਈ ਸੀ ਉਸ ਤੋਂ ਬਾਅਦ ਇੱਕ ਹੋਰ ਬੜੀ ਰੀਲ ਵਾਇਰਲ ਹੋਈ ਸੀ ਕਿ ਇਹ ਦਹੀਂ ਨੂੰ ਵੇਖਦੇ ਨੇ ਕਈ ਇਲਾਕਿਆਂ ਵਿੱਚ ਦਹੀਂ ਨੂੰ ਖਟਾ ਕੇ ਆ ਜਾਂਦਾ ਤੇ ਦਹੀਂ ਨੂੰ ਵੇਖ ਕੇ ਨੇ ਕਹਿੰਦੇ ਨੇ ਹਾ ਖੱਟਾ ਬੜਾ ਸੋਹਣਾ ਮੂੰਹ ਬਣਾਉਂਦੇ ਨੇ ਫਣੀ ਜਿਆ ਉਹ ਰੀਲਾ ਇਹਨਾਂ ਦੀ ਬੜੀਆਂ ਵਾਇਰਲ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਇੱਕ ਪੋਡਕਾਸਟ ਆਂਦਾ ਤੇ ਪੋਡਕਾਸਟ ਦੇ ਵਿੱਚ ਇਹ ਆਪਣੀ ਜ਼ਿੰਦਗੀ ਬਾਰੇ ਦੱਸਦੇ ਨੇ ਕਿ ਮੈਂ ਪਹਿਲਾਂ ਰਾਗੀ ਸਿੰਘ ਸੀ ਮੈਂ ਇੰਸਟਾਗ੍ਰਾਮਰ ਹੋਰ ਬਣਿਆ ਪਰ ਮੈਂ ਪਹਿਲਾਂ ਰਾਗੀ ਸਿੰਘ ਸੀ ਤੇ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਿਉਂ ਛੱਡ ਦਿੱਤੀ ਇਹ ਲਾਈਨ ਰਾਗੀ ਸਿੰਘ ਵਾਲੀ ਤੇ ਉਹ ਕਹਿੰਦੇ ਨੇ ਵੀ ਕੀਰਤਨ ਕਰਕੇ ਮੇਰਾ ਤਲਾਕ ਹੋਇਆ ਕੀਰਤਨ ਕਰਕੇ ਮੇਰਾ ਬੱਚਾ ਜ ਮੇਰੇ ਕੋਲ ਏ ਕੀਰਤਨ ਨੇ ਮੈਨੂੰ ਰੋਟੀ ਨਹੀਂ ਦਿੱਤੀ ਪਰ ਜਿਹੜੀਆਂ ਆ ਮੈਂ ਚਮਲਾ ਇੰਸਟਾਗ੍ਰਾਮ ਤੇ ਮਾਰਦਾ ਇਹਨਾਂ ਨੇ ਮੈਨੂੰ ਇੱਜ਼ਤ ਤੇ ਰੋਟੀ ਬਖਸ਼ੀ ਮੇਰਾ ਬਾਬਾ ਜੀ ਕੋਲ ਇੱਕ ਪਹਿਲਾ ਸਵਾਲ ਹੈ ਫਤੇ ਦੀ ਸਾਂਝ ਅਸੀਂ ਬਾਅਦ ਚ ਪਾਣੇ ਬਾਬਾ ਜੀ ਕਿ ਇਹਦੇ ਵਿੱਚ ਕਸੂਰ ਕੀਰਤਨ ਦਾ ਹੈ ਕਿ ਜਾਸ ਸਿਸਟਮ ਦਾ ਹੈ ਲੋਕਾਂ ਦਾ ਹੈ ਕਿਰਤਨ ਦਾ ਕਸੂਰ ਹੈ ਜੀ ਜੀ ਭਾਜੀ ਮੈਂ ਤਾਂ ਪਹਿਲੇ ਫਤਿਹ ਬੁਲਾਵਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰਿਆਂ ਨੂੰ ਆਦਾਬ ਨਮਸਤੇ ਸਤਿ ਸ਼੍ਰੀ ਅਕਾਲ ਠੀਕ ਹੈ ਜਿਹੜੇ ਜਿਹੜੇ ਸਾਡੇ ਭਰਾ ਦੂਰ ਦਰਾਡੇ ਤੋਂ ਦੇਖ ਰਿਹਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆਪਣੇ ਮਨਿੰਦਰ ਵੀਰ ਦਾ ਇਟਲੀ ਵਾਲੇ ਵੀਰ ਦਾ ਕਿ ਸਾਨੂੰ ਇਹਨਾਂ ਨੇ ਸਮਾਂ ਬਖਸ਼ਿਆ ਨਿਮਾਣਿਆ ਜਨੂੰ ਭਾਜੀ ਮੈਂ ਇਹ ਸਾਰਾ ਕਸੂਰ ਕੱਢਾਂਗਾ ਸਿਸਟਮ ਦਾ ਕਿਉਂਕਿ ਜੂ ਹੋਣੇ ਗੱਲ ਆ ਜੇਗੀ ਕਿ ਪਹਿਲਾਂ ਬਾਬਾ ਕਹਿੰਦਾ ਪੈਸੀ ਵੀ ਕੀਰਤਨ ਨੇ ਕੁਛ ਨਹੀਂ ਦਿੱਤਾ ਜਾਂ ਕਿਦਾਂ ਹੈ ਨਾ ਕਿਉਂਕਿ ਜੂ ਦੇਖੋ ਹੁਣ ਸ਼ਾਇਦ ਕੀ ਪਤਾ ਮੇਰੇ ਕੋਲੋਂ ਵੀ ਕੋਈ ਮਾੜੀ ਚੰਗੀ ਗੱਲ ਕਹਿ ਹੋ ਗਈ ਹੋਵੇ ਹੈ ਨਾ ਜਾਂ ਮੈਂ ਮੰਨਦਾ ਆ ਜਾਂ ਮੈਂ ਹੁਣ ਮੈਂ ਤਾਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਜੂ ਤੁਹਾਨੂੰ ਮੈਂ ਪਹਿਲਾਂ ਕੈਮਰਾ ਆਫ ਕੈਮਰਾ ਦੱਸੀ ਸੀ ਲੋਕ ਗੋਲੀ ਮਾਰਨ ਤੱਕ ਆਏ ਬਈ ਤੂੰ ਇਹ ਗੱਲ ਕਿਉਂ ਕਹਿਣਾ ਪਿਆਵਾ ਹਨਾ ਤੇ ਮੈਂ ਇਹ ਦੁਬਾਰਾ ਇਹ ਕਹੂੰਗਾ ਬਈ ਜਿਹੜਾ ਸਿਸਟਮ ਆ ਨਾ ਉਹ ਬਹੁਤ ਮਾੜਾ ਆ ਭਾਜੀ ਆਪਣਾ ਪਰ ਤੁਸੀਂ ਸਿਸਟਮ ਤਾਂ ਮਾੜ ਪਰ ਸੋਰੀ ਪਰ ਤੁਸੀਂ ਆਪਣੀ ਪਹਿਲੀ ਇੰਟਰਵਿਊ ਵਿੱਚ ਕਿਹਾ ਕਿ ਕੀਰਤਨ ਦੇ ਕਰਕੇ ਤਾਂ ਮਤਲਬ ਤੁਸੀਂ ਇਹ ਇਹ ਰਿਗਰਟ ਕਰ ਰਹੇ ਹੋ ਕਿ ਮੇਰਾ ਕੀਰਤਨ ਕਰਕੇ ਨਹੀਂ ਮੇਰਾ ਸਿਸਟਮ ਦੇ ਕਰਕੇ ਜਿਹੜਾ ਵੇ ਘਰ ਜਾਂ ਮੇਰਾ ਕੈਰੀਅਰ ਖਰਾਬ ਹੋਇਆ ਐਕਚੁਅਲ ਮੈਂ ਉਹ ਸਮਝਾਉਣਾ ਚਾਹੁੰਦਾ ਸੀ ਉਹਨਾਂ ਨੂੰ ਕਿਸੇ ਹੋਰ ਤਰ੍ਹਾਂ ਚਲੇ ਗਿਆ ਹਨਾ ਕੀਰਤਨ ਦਾ ਸਿਸਟਮ ਉਸ ਟਾਈਮ ਸ਼ਾਇਦ ਮੇਰੇ ਕੋਲ ਨਾ ਫਲੋ ਵਿੱਚ ਆਇਆ ਹੋਵੇ ਕੀਰਤਨ ਦਾ ਸਿਸਟਮ ਕਹਿਣਾ ਹੋਵੇ ਹਨਾ ਕੀਰਤਨ ਦਾ ਜਿਹੜਾ ਗੁਰੂ ਘਰ ਦੇ ਸਿਸਟਮ ਚੱਲਦਾ ਆ ਜਾਂ ਕਿਸੇ ਦੇ ਘਰ ਭੇਟਾ ਚੱਲਦੀ ਕਿਉਂਕਿ ਜੂ ਹੁਣ ਮੈਂ 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 ਉੱਥੇ ਸਮਝਾ ਨਹੀਂ ਪਾਇਆ ਕਿਉਂਕਿ ਜੂ ਬੋਰਡ ਲੱਗਾ ਹੁੰਦਾ ਨਾ ਭੇਟਾ ਦਾ ਸੁਖਮਨੀ ਸਾਹਿਬ ਦੀ ਇੰਨੀ ਭੇਟਾ ਕੀਰਤਨ ਦੀ ਇੰਨੀ ਭੇਟਾ ਉਹਨੀ ਭੇਟਾ ਹਨਾ ਤੇ ਹੁਣ ਲੋਕ ਇਹ ਵੀ ਨਾ ਸਮਝ ਲਿਓ ਕਿ ਮੈਂ ਪੈਸੇ ਲਈ ਕਰਦਾ ਸੀਗਾ ਹਰ ਇੱਕ ਹਰ ਇੱਕ ਬੰਦੇ ਦੇ ਘਰ ਆਟੇ ਵਾਲੀ ਡਰਮੀਆਂ ਖੰਡ ਵਾਲੀ ਡਰਮੀਆਂ ਹਰ ਬੰਦੇ ਨੂੰ ਇੱਕ ਲੋੜ ਆ ਤੇ ਮੈਂ ਇੱਥੇ ਕੋਈ ਉਸ ਚੀਜ਼ ਨੂੰ 네ਗੇਟਿਵ ਪੱਖ ਨਾਲ ਨਹੀਂ ਦੱਸ ਰਿਹਾ ਮੈਂ ਇਹ ਤਾਂ ਦੱਸ ਰਿਹਾ ਵਾ ਜਿਹੜੇ ਸਾਡੇ ਹੋਰ ਭਾਈਚਾਰਾ ਆ ਉਹ ਉੱਠ ਸਕਣ ਉਹਨਾਂ ਨੂੰ ਆਪਣਾ ਪੂਰਾ ਮੁੱਲ ਪੈ ਸਕੇ ਉਹਨਾਂ ਦਾ ਜੇ ਅਸੀਂ ਅੱਜ ਲਾਈਨ ਚੇਂਜ ਕਰ ਲਈਏ ਕਹਿੰਦੀ ਬਾਜੀ ਬਿਲਕੁਲ ਨਹੀਂ ਗੱਲ ਤੇ ਤੁਹਾਡੀ ਸਹੀ ਏ ਪਰ ਤੁਸੀਂ ਨਾ ਦੇਖੋ ਜਦੋਂ ਜਦੋਂ ਤੁਸੀਂ ਕੀਰਤਨਾਂ ਤੇ ਜਾਂਦੇ ਸੀ ਅਸੀਂ ਇਹ ਨਾ ਪੋਡਕਾਸਟ ਹੀ ਅੱਧ ਚ ਸ਼ੁਰੂ ਕਰ ਲਿਆ ਕੋਈ ਅਗਲਾ ਪੋਡਕਾਸਟ ਕਰਾਂਗੇ ਉਹਦੇ ਚ ਬਾਬੇ ਹੋ ਰਹਾਂਦੀ ਨਾ ਸ਼ੁਰੂ ਤੋਂ ਜਰਨੀ ਵੀ ਦੱਸਾਂਗੇ ਕਿ ਇਹ ਰਾਗੀ ਸਿੰਘ ਕਿੱਦਾਂ ਬਣੇ ਮੈਂ ਮੋਟਾ ਮੋਟਾ ਦੱਸਦਾ ਕਿ ਪਹਿਲਾਂ ਬਾਬਾ ਜੀ ਸੀ ਰਾਗੀ ਸਿੰਘ ਫਿਰ ਇਹਨਾਂ ਦਾ ਦਿਲ ਨਹੀਂ ਲੱਗਾ ਉਹਦੇ ਚ ਇਹਨਾਂ ਦਾ ਘਰ ਦਾ ਖਰਚਾ ਨਹੀਂ ਚੱਲਿਆ ਦਿਲ ਨਹੀਂ ਲੱਗਾ ਸੋਰੀ ਖਰਚਾ ਨਹੀਂ ਚੱਲਿਆ ਜੇਬ ਨੇ ਸਾਥ ਨਹੀਂ ਦਿੱਤਾ ਇਹਨਾਂ ਨੇ ਰਾਗੀ ਦਾ ਕੰਮ ਛੱਡ ਦਿੱਤਾ ਫਿਰ ਇਹਨਾਂ ਨੇ ਜ਼ੇਮੈਟੋ ਦੀ ਡਿਲੀਵਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜ਼ੇਮੈਟੋ ਤੋਂ ਬਾਅਦ ਇਹਨਾਂ ਦੇ ਵੀਡੀਓ ਰੀਲਾਂ ਵਾਇਰਲ ਹੋਈਆਂ ਤੇ ਉਹਦੇ ਤੋਂ ਇਹਨਾਂ ਨੇ ਇਹ ਕੰਮ ਫਿਰ ਆਪਣਾ ਚੇਂਜ ਕਰ ਲਿਆ ਜਾਨੀ ਕੀਰਤਨ ਛੱਡ ਦਿੱਤਾ ਫਿਰ ਇਹ ਇੰਸਟਾਗ੍ਰam ਹਲੇ ਪਾਸੇ ਆ ਗਏ ਤੇ ਜ਼ਮੈਟੋ ਦਾ ਵੀ ਕੰਮ ਤੁਸੀਂ ਛੱਡ ਦਿੱਤਾ ਹੋਣਗੇ ਕਰਦੇ ਜ਼ਮੈਟੋ ਦੀ ਡਿਲੀਵਰੀਆਂ ਹਾਂਜੀ ਭਾਜੀ ਬਿਲਕੁਲ ਭਾਜੀ ਕੀ ਦਾ ਜੀ ਕਰਦਾ ਸ਼ਾਮੀ 7 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਦਿਹਾੜੀ ਕਰੇ ਤੇ ਸਵੇਰੇ 5 ਵਜੇ ਘਰੇ ਆ ਕੇ ਰੋਟੀ ਖਾ ਕੇ ਸੋਵੇ ਪਰ ਭਾਜੀ ਗੱਲ ਪਤਾ ਕੀ ਹੈ ਕਈ ਲੋਕ ਤੁਹਾਡੇ ਮੈਂ ਤੁਹਾਡੇ ਕਮੈਂਟ ਵੀ ਪੜੇ ਕਈ ਲੋਕ ਤੁਹਾਨੂੰ ਇਹ ਵੀ ਕਹਿੰਦੇ ਨੇ ਕਿ ਮੋਨਾ ਹੋ ਜਾ ਫਿਰ ਸਾਡੇ ਕੋਲ ਜੋ ਮਰਜ਼ੀ ਕੰਮ ਕਰ ਇਹ ਸਰਦਾਰ ਪੱਗ ਬੰਨ ਕੇ ਨਾ ਦਾੜਾ ਸਭ ਛੱਡ ਕੇ ਤੁਸੀਂ ਅਮਰਤ ਵੀ ਛਕਿਆ ਹੋਇਆ ਹੈ ਵੀ ਇਹਦੇ ਨਾਲ ਨਾ ਫਿਰ ਸਿੱਖਾਂ ਦਾ ਜਿਹੜੇ ਵੀ ਆਉਣ ਵਾਲੀ ਪੀੜ੍ਹੀ ਨੇ ਪਾਠੀ ਸਿੰਘ ਬੰਨਾ ਜਾਂ ਰਾਗੀ ਸਿੰਘ ਬੰਨਾ ਉਹਨਾਂ ਦਾ ਮੋਰਲ ਡਾਊਨ ਹੁੰਦਾ ਵੀ ਕੀਰਤਨ ਚ ਯਾਰ ਕੁਛ ਵੀ ਨਹੀਂ ਪਿਆ ਤੁਸੀਂ ਡੀਮੋਟਿਵ ਕਰ ਰਹੇ ਹੋ ਲੋਕਾਂ ਨੂੰ ਇਹ ਦੋਸ਼ ਰੱਖਦੇ ਨੇ ਤੁਹਾਡੇ ਤੇ ਡੀਮੋਟਿਵ ਤੇ ਸ਼੍ਰੋਮਣੀ ਕਮੇਟੀ ਦੇ ਜਥੇ ਵੀ ਕਰ ਰਹੇ ਆ ਜੇ ਕਹਿਣਾ ਚਾਹੀਏ ਤੇ ਉਹ ਉਥੋਂ ਬਾਹਰ ਜਾਂਦੇ ਨੇ ਤੇ ਉਥੋਂ ਭੱਜ ਜਾਂਦੇ ਨੇ ਕਿਉਂ ਕਿ ਜੋ ਗੁਰੂ ਘਰ ਵਿੱਚ ਮਿਲਦਾ ਹੈ 2000 ਡਾਲਰ ਬਾਹਰ ਟਰਾਲੇ ਤੇ ਬਣਦਾ 8500 ਡਾਲਰ ਠੀਕ ਆ ਭਾਜੀ ਤੇ ਜੇ ਜੇ ਕਿਸੇ ਨੇ ਬੰਦੇ ਨੇ ਸੰਤੁਸ਼ਟੀ ਲੈਣੀ ਆ ਤੇ ਦਰਬਾਰ ਸਾਹਿਬ ਦਾ ਜਥਾ ਤੇ ਇੱਥੇ ਲੱਖ ਰੁਪਇਆ ਲੈ ਰਿਆ ਵਾ ਮੈਨੂੰ ਤੇ ਕੁਝ ਵੀ ਨਹੀਂ ਮਿਲ ਰਿਆ ਸੀ ਜੜੀ ਕਿ ਬੱਬਾ ਜੀ ਇਹ ਸਾਰੀ ਗੇਲ ਜਿਹੜੀ ਜਿਹੜੀ ਜਿਹੜਾ ਆਪਾਂ ਕੀਰਤਨ ਕਰਦੇ ਆ ਜਾਂ ਕਥਾ ਸੁਣਾਉਂਦੇ ਆ ਗੁਰਦਾਰੇ ਵਿੱਚ ਜਪਾਤੀ ਸਿੰਘ ਪਾਠ ਕਰਦੇ ਨੇ ਇਹ ਜਿਹਦਾ ਤੁਸੀਂ ਕਿਹਾ ਵੀ ਮੈਨੂੰ ਪੈਸਿਆਂ ਦੀ ਪ੍ਰੋਬਲਮ ਸੀ ਹੈਨਾ ਤਾਂ ਹੀ ਤੁਸੀਂ ਕੀਰਤਨ ਛੱਡਿਆ ਨਾ ਪੈਸਿਆਂ ਕਰਕੇ ਤੇ ਇਹ ਸਾਰਾ ਕੁਝ ਪੈਸਿਆਂ ਕਰਕੇ ਹੁੰਦਾ ਮਤਲਬ ਕਿ ਲੋਕੀ ਤੁਹਾਨੂੰ ਕਮੈਂਟਾਂ 'ਚ ਵੀ ਕਹਿ ਰਹੇ ਸੀ ਕਿ ਹੁਣ ਤੇਰੇ ਵਾਸਤੇ ਪੈਸੇ ਅੱਗੇ ਹੋਗੇ ਗੁਰੂ ਨਹੀਂ ਤੇਰੇ ਵਾਸਤੇ ਅੱਗੇ ਹੁਣ ਕਹਿਣਾ ਕਹਿਣਾ ਬਹੁਤ ਸੋਖਾ ਆ ਹਰ ਬੰਦੇ ਲਈ ਹਨਾ ਹਰ ਬੰਦੇ ਨੂੰ ਇਹ ਸੋਚਣਾ ਚਾਹੀਦਾ ਆ ਕਿ ਅਸੀਂ ਪਹਿਲਾਂ ਤੋਲਿਏ ਫਿਰ ਬੋਲੀਏ ਹੁਣ ਮੈਂ ਕਿਦੋਂ ਇਕੱਲੇ ਇਕੱਲੇ ਨੂੰ ਤਾਂ ਸਮਝਾ ਨਹੀਂ ਸਕਦਾ ਰੀਲ ਹਰ ਇੱਕ ਰੀਲ 2 2 4 4 ਲੱਖ 1.5 1.5 2 2 ਮਿਲੀਅਨ ਵੀ ਚੱਲੀ ਭਾਜੀ ਹਨਾ ਤੇ ਉਹਨਾਂ ਨੂੰ ਅਸੀਂ ਜਿਹੜਾ ਭੱਜੇ ਆ ਸਾਡਾ ਘਰ ਦੇਖਣ ਆ ਕੇ ਸਾਨੂੰ ਐਕਸਪਲੇਨ ਕਰਨ ਆਪਣੀਆਂ ਅੱਖਾਂ ਨਾਲ ਦੇਖਣ ਸਾਰਾ ਕੁਝ ਦੇਖ ਪਰਖ ਕੇ ਸਾਨੂੰ ਫੀਕ ਕਹਿਣ ਵੀ ਹਾਂ ਵੀ ਤੂੰ ਮੋਨਾ ਹੋ ਜਾ ਜਾਂ ਦਾੜ੍ਹੀ ਕਟਾ ਦੇ ਵਾਲ ਕਟਾ ਦੇ ਹਨਾ ਜਿੱਦਾਂ ਵੀ ਜਿਹੜਾ ਵੀ ਕੋਈ ਆਪਣੇ ਮਨੋ ਭਾਵਨਿਕ ਗੱਲ ਕਰਦਾ ਆ ਅੱਛਾ ਇਹ 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 ਪ੍ਰੋਬਲਮ ਆਂਦੀਆਂ ਨੇ ਜਦੋਂ ਇੰਡੀਆ ਤੋਂ ਕੋਈ ਜਥਾ ਜਾਂਦਾ ਕਿਰਤਨ ਕਰਨ ਅਮਰੀਕਾ ਕੈਨੇਡਾ ਸਿਰਫ ਹਫਤੇ ਵਾਸਤੇ ਉਹਨਾਂ ਨੇ ਕਿਰਤਨ ਕਰਨਾ ਹੁੰਦਾ ਉਹ ਭੱਜਦੇ ਨੇ ਉਥੋਂ ਉਹ ਹਾਂਜੀ ਸ਼ਰੋਮਣੀ ਕਮੇਟੀ ਦਾ ਜਥਾ ਭੱਜਦਾ ਆ ਜੀ ਤੇ ਤਾਂ ਹੀ ਤਾਂ ਨਾਰਮਲ ਜਥੇ ਨੂੰ ਸਪான்ਸਰ ਨਹੀਂ ਮਿਲਦੀ ਅੱਛਾ ਉਹ ਕਿਉਂ ਭੱਜਦਾ ਆ ਆਰਥਿਕ ਤੰਗੀ ਕਰਕੇ ਕਿ ਪੈਸੇ ਨਹੀਂ ਉਹਨਾਂ ਨੂੰ ਬੰਦੇ ਨਹੀਂ ਐਕਚੁਅਲ ਉਹਨਾਂ ਦਾ ਤਾਂ ਚਲੋ ਇੱਥੇ ਵਧੀਆ ਚੱਲਦਾ ਵਾ ਜਥੇ ਦਾ ਉਹਨਾਂ ਨੂੰ ਇੱਥੇ ਲੱਖ ਲੱਖ ਰੁਪਏ ਟਾ ਵੀ ਮਿਲਦੀ ਡੇਡ ਡੇਡ ਲੱਖ ਰੁਪਈਆ ਵੀ ਭੇਟਾ ਮਿਲਦੀ ਆ ਪਰ ਉਹ ਤੁਹਾਨੂੰ ਪਤਾ ਹੀ ਆ ਵੀ ਵੱਧ ਕਮਾਉਣ ਵਾਸਤੇ ਇੱਧਰ ਉੱਧਰ ਹੋ ਜਾਂਦੇ ਆ ਤੇ ਉਹਨਾਂ ਨੂੰ ਫਿਰ ਨਾਰਮਲ ਜਥਾ ਜਿਹੜਾ ਆ ਉਹ ਫਿਰ ਉੱਥੇ ਜਾ ਨਹੀਂ ਸਕਦਾ ਉਹ ਬੁਲਾਉਂਦੇ ਨਹੀਂ ਹੈਗੇ ਜਥੇ ਨੂੰ ਉਹ ਕਹਿੰਦੇ ਵੀ ਇਹ ਜਥਾ ਭੱਜ ਜਾਂਦਾ ਹੁਣ ਜੇ ਮੈਂ ਇਕੱਲਾ ਕਹਿੰਦਾ ਹੋਵਾਂ ਇੱਥੇ ਤਾਂ ਖਬਰਾਂ ਚੱਲਦੀਆਂ ਆ ਵੀ ਜਥਾ ਭੱਜ ਗਿਆ ਜੀ ਜਥਾ ਭੱਜ ਗਿਆ ਜਥਾ ਭੱਜ ਗਿਆ ਜੀ ਜਥਾ ਭੱਜ ਗਿਆ ਇੱਕ ਮੈਂ ਦੱਸਦਾ ਕਈ ਕਈਆਂ ਨੂੰ ਨਹੀਂ ਪਤਾ ਰਾਗੀ ਸਿੰਘ ਵੱਖਰਾ ਹੁੰਦਾ ਹੈ ਪਾਠੀ ਸਿੰਘ ਵੱਖਰਾ ਹੁੰਦਾ ਹੈ ਕਥਾਵਾਚਕ ਵੱਖਰਾ ਹੁੰਦਾ ਹੈ ਕਥਾਵਾਚਕ ਜਿਹਨੇ ਹਿਸਟਰੀ ਸੁਣਾਣੀ ਇਤਿਹਾਸ ਸੁਣਾਣਾ ਕਿਰਤਨੀਆ ਸਿੰਘ ਰਾਗੀ ਸਿੰਘ ਕਹਿ ਲੋ ਵੀ ਜਿਹਨੇ ਕੀਰਤਨ ਕਰਕੇ ਦੱਸਣਾ ਪਾਠੀ ਸਿੰਘ ਜਿਹੜਾ ਆਪਣੇ ਪਾਠ ਕਰਦਾ ਹੈ ਨਾ ਤੇ ਇਹ ਭਾਈ ਸਾਹਿਬ ਸੀ ਰਾਗੀ ਸਿੰਘ ਤੇ ਤੁਹਾਨੂੰ ਮਤਲਬ ਕਿ ਜਦੋਂ ਤੁਸੀਂ ਕੀਰਤਨ ਕਰਦੇ ਸੀ ਕੀਰਤਨ ਛੱਡ ਕੇ ਜ਼ੇਮੈਟੋ ਦੇ ਡਿਲੀਵਰੀਆ ਕਿਉਂ ਕਰਨ ਲੱਗ ਪਏ ਇਹੀ ਮੈਸਤੀ ਗੱਲ ਪੁੱਛਣਾ ਕਿਉਂ ਕਰਨ ਲੱਗ ਪਏ ਕੀਰਤਨ ਛੱਡ ਕੇ ਜ਼ੇਮੈਟੋ ਦੀ ਡਿਲੀਵਰੀਆ ਭਾਜੀ ਲਾਕਡਾਊਨ ਲੱਗ ਗਿਆ ਸੀਗਾ ਅੱਛਾ ਲਾਕਡਾਊਨ ਚ ਕਿੱਥੇ ਜਾਣਾ ਸੀ ਅਸੀਂ ਲਾਕਡਾਊਨ ਚ ਕੋਈ ਰਾਹ ਹੀ ਨਹੀਂ ਸੀਗਾ ਅੱਛਾ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਨੇ ਲੋਕਾਂ ਨੇ ਆਪਣੀ ਸੇਵਿੰਗ ਕਰ ਰੱਖੀ ਸੀ ਉਹ ਸਿਰਫ ਆਪਣੀ ਸੇਵਿੰਗ ਤੱਕ ਸੀਮਤ ਸੀਗੇ ਕਿਸੇ ਨੂੰ 10 ਰੁਪਏ ਵੀ ਨਹੀਂ ਸੀ ਦੇ ਰਹੇ ਅੱਛਾ ਇਹਦਾ ਮਤਲਬ ਇਹ ਟਰਨਿੰਗ ਪੁਆਇੰਟ ਤੁਹਾਡਾ ਲਾਕਡਾਊਨ ਚ ਆਇਆ ਵੀ ਮੈਂ ਹੁਣ ਕੀਰਤਨ ਛੱਡ ਤਕੋਕੇ ਪ੍ਰੋਗਰਾਮ ਨਹੀਂ ਸੀ ਮਿਲਦੇ ਪੇ ਤੇ ਜਦੋਂ ਲੋਕਡਾਊਨ ਖਤਮ ਹੋ ਗਿਆ ਉਸ ਤੋਂ ਬਾਅਦ ਪ੍ਰੋਗਰਾਮ ਮਿਲਨੇ ਸ਼ੁਰੂ ਹੋ ਗਏ ਕਿ ਜਾਂ ਤੁਸੀਂ ਕਿਹਾ ਵੀ ਨਹੀਂ ਯਾਰ ਨਹੀਂ ਪਾਜੀ ਦੁਨੀਆ ਦੀ ਰਿਕਵਰੀ 3 ਸਾਲ ਲੱਗ ਗਈ ਘੱਟੋ ਘੱਟ ਹੁਣ ਹੋਈ ਰਿਕਵਰੀ ਦੁਨੀਆ ਦੀ ਤੁਸੀਂ ਆਪ ਸੋਚੋ ਕੌਣ ਸਾਨੂੰ ਭੇਟਾ ਦੇਗਾ ਜੇ ਅਸੀਂ ਲੋਕਲ ਹੁਣ ਪਾਜੀ 50000 ਦੇ ਤਾਂ ਵਾਜੇ ਅਸੀਂ ਲੈ ਕੇ ਜਾਂਦੇ ਆ ਠੀਕ ਆ 10 12000 ਦੇ ਤਾਂ ਕੱਪੜੇ ਮੈਂ ਪਾਏ ਹੁੰਦੇ ਜੁੱਤੀ ਮੈਂ ਪਾਈ ਹੁੰਦੀ ਆ ਤੇ ਸਾਨੂੰ ਕੋਈ ਅੱਗੋਂ ਕੀਰਤਨ ਅਸੀਂ ਸੁਣਾਉਨੇ ਆ ਸਾਡਾ ਮੁੱਲ ਦੇਖੋ ਜਿਹੜੇ ਮੈਂ ਕਲਾਸਾਂ ਲਾ ਰਣਾ ਰਿਹਾ ਵਾਂ ਪਿੱਛੇ ਇਨੇ ਪੈਸੇ ਮੈਂ ਖਰਚ ਕੇ ਸਿੱਖਿਆ ਵਾ ਤੇ ਮੈਂ ਅੱਗੇ ਉਹਨੂੰ ਕਮਾਉਣ ਵਾਸਤੇ ਹੀ ਸਿੱਖਿਆ ਸੀ ਬਿਲਕੁਲ ਬਿਲਕੁਲ ਵੀ ਮੈਂ ਆਪਣਾ ਘਰ ਚਲਾਵਾਂਗਾ ਹਨਾ ਮੇਰੀ ਮਾਂ ਹੁਣ ਇਹ ਲੋਕ ਕਹਿ ਤਾਂ ਦਿੰਦੇ ਆ ਸਾਰੇ ਹਨਾ ਵੀ ਇਹ ਰਾਗੀ ਸੀ ਤੇ ਇਹਨੂੰ ਕੀ ਮੁੱਲ ਹੁਣ ਮੇਰੀ ਮਾਂ ਦਾ ਮੁੱਲ ਕੌਣ ਮੋੜੂ ਜਿਹੜਾ ਭਈਆਂ 70 ਰੁਪਏ ਦਿਹਾੜੀ ਕਰਦਾ ਸੀ ਦਿਹਾੜੀ ਕਰਦੇ ਤੁਹਾਨੂੰ ਕਿੰਨੇ ਪੈਸੇ ਮਿਲਦੇ ਸੀ ਜਦੋਂ ਤੁਸੀਂ ਕੀਰਤਨ ਕਰਨ ਜਾਂਦੇ ਸੀ ਕਿੰਨੇ ਪੈਸੇ ਮਿਲਦੇ 1100 ਰੁਪਏ ਵੀ ਨਹੀਂ ਦਿੰਦੇ ਸੀਗੇ ਤਾਂ ਵੀ ਕਹਿ ਦਿੰਦੇ ਸੀ ਭਾਜੀ ਕੋਈ ਨਹੀਂ ਚਲੋ ਇੰਨਾ ਬਹੁਤ ਆ ਮੈਂ ਇਹ ਪੁੱਛਣਾ ਚਾਹਣਾ ਵੀ ਰਾਗੀ ਕਿਹੜਾ ਪੱਠੇ ਖਾਂਦੇ ਆ ਨਹੀਂ 1100 1100 ਮਲ ਕੀ ਜਿਹੜੇ ਤੁਸੀਂ ਤਿੰਨ ਜਣੇ ਜਾਂਦੇ ਸੀ ਤਪਲੇ ਵਾਲੇ ਨੂੰ ਵੀ ਉਹ 1100 ਡਿਵਾਈਡ ਕਰਨਾ ਹੁੰਦਾ ਸੀ ਤਪਲੇ ਵਾਲੇ ਨੇ ਤੇ ਜਿਹੜਾ ਤੁਹਾਡਾ ਸਹਾਇਕ ਨਾਲੇ ਅੱਛਾ ਹਾਂਜੀ 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 ਭਾਈ ਉਹ ਡਿਵਾਈਡ ਕਰਨਾ ਹੁੰਦਾ ਤੂੰ ਤਾਂ ਕੱਖ ਵੀ ਨਹੀਂ ਬਣਿਆ ਤੇ ਕਿੰਨੇ ਕੁ ਕੀਰਤਨਾ ਜਿੰਦੇ ਸੀ ਦਿਹਾੜੀ 'ਚ ਤਿੰਨ ਚਾਰ ਲਾ ਲਾਂਦੇ ਪ੍ਰੋਗਰਾਮ ਤੁਸੀਂ ਨਹੀਂ ਭਾਜੀ ਕੀ ਆਣਾ ਭਾਈ ਦਿਹਾੜੀ 'ਚ ਤਿੰਨ ਚਾਰ ਕਿੱਥੋਂ ਉਹ ਤੇ ਗੁਰਪੁਰਬ ਤੇ ਹੋ ਜਾਂਦੇ ਸੀ ਜੇ ਦਨ ਚਾਰ ਉਹ ਵੀ ਸਾਨੂੰ ਪਲੈਨਿੰਗ ਕਰਨੀ ਪੈਂਦੀ ਸੀ ਇੱਕ ਜਗ੍ਹਾ ਤੋਂ ਉੱਠ ਕੇ ਦੂਜੀ ਜਗ੍ਹਾ ਜਾਣਾ ਉਹ ਫਿਰ ਟਾਈਮ ਡਿਸਕਸ ਕਰਕੇ ਫਿਰ ਤਾਂ ਸੈਟਿੰਗ ਪੈਂਦੀ ਜੀ ਉਹ ਵੀ ਗੁਰਪੁਰ ਗੁਰਪੁਰਪ ਤੇ ਕੋਈ 3100 ਦੇ ਦਿੰਦਾ ਸੀਗਾ ਮੰਨ ਲਓ ਜੇਸ ਮਹੀਨੇ ਤੁਹਾਡੇ ਘੱਟ ਪ੍ਰੋਗਰਾਮ ਲੱਗੇ ਨੇ ਹੈਨਾ ਮੰਨ ਲਓ ਤੁਹਾਡੇ 30 ਦਿਨ ਹੁੰਦੇ ਨੇ ਮਹੀਨੇ ਚ ਮੰਨ ਲਓ ਤੁਹਾਡੇ ਪ੍ਰੋਗਰਾਮ ਲੱਗੇ ਨੇ 6-7 ਤੇ ਤੁਹਾਨੂੰ ਕੋਈ ਇਦਾਂ ਦੀ ਤੁਹਾਡੀ ਕੋਈ ਸੰਸਥਾ ਤੁਹਾਡੀ ਜੂਨੀਅਨ ਕੋਈ ਨਹੀਂ ਆਇਆ ਜਾਂ ਗੁਰਦਰੇਂਦੀ ਕੋ ਕਮੇਟੀ ਨਹੀਂ ਆਇਆ ਵੀ ਯਾਰ ਆ ਰਾਗੀ ਸਿੰਘ ਦੀ ਨਾ ਇਸ ਮਹੀਨੇ 5-6 ਦਿਹਾੜੀਆਂ ਲੱਗੀਆਂ ਮਤਲਬ ਕਹਿ ਲੋ ਹਨਾ ਸਿੰਪਲ ਭਾਸ਼ਾ ਚ ਵੀ 5-6 ਦਿਹਾੜੀਆਂ ਲੱਗੀਆਂ ਯਾਰ ਇਹ ਤਾਂ ਸਾਰਾ ਮਹੀਨਾ ਵੇਲਾ ਗਿਆ ਚੱਲ ਇਹਨੂੰ ਨਾ ਪੈਸੇ ਦੇ ਦਈਏ ਕੋਈ ਇਦਾਂ ਦੀ ਸਕੀਮ ਹੈ ਕਿ ਤੁਹਾਡਾ ਮਹੀਨਾ ਕਵਰ ਕਰਨ ਵਾਸਤੇ ਕਮੇਟੀ ਕੋਈ ਪੈਸੇ ਦਿੰਦੀ ਹੋਵੇ ਨਹੀਂ ਭਾਜੀ ਇਦਾਂ ਦੀ ਕੋਈ ਨਹੀਂ ਆ ਹੁਣ ਦੇਖੋ ਗਰੰਥੀ ਸਿੰਘ ਦੀ ਨਾ ਮੈਂ ਪਿੱਛੇ ਜੇ ਕੋਈ ਬਿਮਾਰ ਹੋ ਗਿਆ ਇੱਕ ਇੱਕ ਗਰੰਥੀ ਸਿੰਘ ਦਾ ਪੈਰ ਵੱਡ ਹੋ ਗਿਆ ਮੇਰੇ ਕੋ ਵੀਡੀਓ ਪਈਆਂ ਉਹ ਆਰਕਾਈਵ ਕੀਤੀਆਂ ਮੈਂ ਰੀਲਾਂ ਪਾਈਆਂ ਸੀਗੀਆਂ ਤੁਸੀਂ ਇਹ ਸੋਚੋ ਜਦੋਂ ਮੈਂ ਖੁਸਰੇ ਨਾਲ ਵੀਡੀਓ ਪਾਦਾ ਤੇ ਵੀਡੀਓ ਜਾਂਦੀ ਹੈ ਗੋਲੀ ਵਾਂਗੂ ਤੇ ਜਦੋਂ ਅਸੀਂ ਕਿਸੇ ਦੀ ਹੈਲਪ ਮੰਗੀਏ ਉਹੀ ਗਰੰਤੀ ਸਿੰਘ ਆ ਜਿਹਨੂੰ ਤੁਸੀਂ ਕਹਿ ਰਹੇ ਆਂ ਵੀ ਅਸੀਂ ਗਰੰਤੀ ਸਿੰਘ ਸਾਹਮਣੇ ਆ ਆ ਜਿਹੜੇ ਰੀਲਾਂ ਆਲੇ ਕਮੈਂਟਾਂ ਕਮੈਂਟ ਕਰਦੇ ਆ ਉਹੋ ਹੀ ਬੰਦੇ ਆ ਉਹਨਾਂ ਨੂੰ ਉਦੋਂ ਉਹਨਾਂ ਥੱਲੇ ਕਮੈਂਟ ਕਰਦਾ ਆ ਨਾਂ ਥੱਲੇ 10 ਰੁਪਏ ਪਾਉਂਦਾ ਕੋਈ ਉਹਨਾਂ ਨੂੰ ਵਿਚਾਰਿਆ ਨੂੰ ਹਨਾ ਤੇ ਯੂਨੀਅਨ ਤੇ ਭਾਜੀ ਕਿੱਥੋਂ ਉਹਨਾਂ ਦਾ ਸਾਥ ਦੇ ਦੋਗੀ ਸਾਡੇ ਦੁਨੀਆ ਨਹੀਂ ਉਹਨਾਂ ਦਾ ਸਾਥ ਦੇ ਕੇ ਰਾਜੀ ਅੱਛਾ ਕੋਈ ਨਹੀਂ ਸਾਥ ਹੈ ਹੈ ਜਿਹੜੇ ਤੁਸੀਂ ਲੋਕਾਂ ਦੀ ਨਹੀਂ ਗੱਲ ਕਰਦੇ ਪਏ ਕਿ ਲੋਕੀ ਸਾ ਲੋਕੀ ਦੇ ਪਾਜੀ ਤੁਹਾਨੂੰ ਇਹ ਵੀ ਕਹਿੰਦੇ ਨੇ ਵੀ ਤੂੰ ਜੇ ਕੰਮ ਇਹ ਕਰਨੇ ਨੇ ਰੀਲਾਂ ਵਲੇ ਗੇ ਨਾਲ ਰੀਲਾਂ ਬਣਾਣੀ ਆ ਤੇ ਵਾਲ ਕੱਟ ਕੇ ਕਰੀ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਇਹ ਸਿੱਖੀ ਨੂੰ ਦਾਗ ਨਾ ਲਾਜ ਦੇ ਨਾਲ ਮੁੰਡੇ ਡੀਮੋਟਿਵ ਹੁੰਦੇ ਨੇ ਅੱਛਾ ਇਹਦੇ ਨਾਲ ਮੇਰਾ ਉਹ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹਦੇ ਚ ਡੀਮੋਟਿਵ ਵਾਲਾ ਪਾਜੀ ਕਿਹੜੀ ਗੱਲ ਆ ਉਹ ਉਹ ਵਿਚਾਰਾ ਇੱਕ ਦੁਨਿਆਵਕ ਪੱਖ ਤੇ ਉਹਦਾ ਉਹਦੀ ਰੂਹ ਕੁੜੀਆਂ ਵਾਲੀ ਆ ਜਾਂ ਕੁਝ ਵੀ ਹੈ ਨਾ ਉਹਦੇ ਨਾਲ ਮੈਂ ਕੋਈ ਮਾੜਾ ਕੰਮ ਕੋਈ ਕਰਮ ਥੋੜੋ ਕਰਦਾ ਪਿਆ ਵਾਂ ਸਮਝਣ ਵਾਲੀ ਗੱਲ ਆ ਪਰ ਲੋਕੀ ਕਹਿੰਦੇ ਨੇ ਵੀ ਜਦੋਂ ਤੁਸੀਂ ਉਹਨਾਂ ਨਾਲ ਰੀਲ ਬਣਾਉਂਦੇ ਨਾ ਵੀ ਉਹ ਪ੍ਰਮੋਟ ਹੁੰਦੇ ਨੇ ਉਹ 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 ਬੰਦੇ ਨਹੀਂ ਆ ਉਹ ਵੀ ਦੁਨੀਆਂ ਦੇ ਇਨਸਾਨ ਹੀ ਬਣਾਏ ਹੋਏ ਰੱਬ ਦੇ ਭਾਜੀ ਇਨਸਾਨ ਤੇ ਬਣਾਏ ਨੇ ਪਰ ਉਹਨਾਂ ਦੀ ਆ ਬਾਬਾ ਜੀ ਹਰਕਤਾਂ ਸਹੀ ਨਹੀਂ ਨਾ ਜਦੋਂ ਇੱਕ ਮੰਨ ਲਓ ਤੁਹਾਡੇ ਚ ਪ੍ਰੋਬਲਮ ਮੈਨੂੰ ਮੰਨ ਲਓ ਮੇਰੇ ਚ ਪ੍ਰੋਬਲਮ ਹੈ ਮੇਰਾ ਦਿਲ ਕਰਦਾ ਹੈ ਕਿ ਮੈਂ ਕੁੜੀਆਂ ਵਾਂਗੂ ਰਵਾਂ ਮੇਰੇ ਚ ਕੁੜੀਆਂ ਵਾਲੀ ਆਤਮਾ ਹੈ ਹਨਾ ਹੁਣ ਮੈਂ ਕੁੜੀਆਂ ਵਾਂਗੂ ਰਵਾਂਗਾ ਨਾ ਪ੍ਰੋਪਰ ਮੇਰੀ ਸਰੀਰ ਮੁੰਡੇ ਵਾਲਾ ਤੇ ਮੇਰੀ ਆਤਮਾ ਕੁੜੀਆਂ ਵਾਲੀ ਹੈ ਤੇ ਮੇਰਾ ਦਿਲ ਚਾਹ ਰਿਹਾ ਮੈਂ ਸੁਰਖੀ ਬਿੰਦੀ ਲਾਵਾਂ ਪਰ ਹੁਣ ਮੈਂ ਆ ਕੀਂਦਾ ਐ ਕੀਂਦਾ ਉੱਥੇ ਜਾ ਜਾ ਕੇ ਦਾਤ ਬਣਾਣੇ ਦਦ ਕਰ ਨਹੀਂ ਇਹਨਾਂ ਗੱਲਾਂ ਤੂੰ ਨਾ ਇਹਨਾਂ ਨੂੰ ਵੀ ਚਾਹੀਦਾ ਕਿ ਸਾਡੀ ਇਮੇਜ ਖਰਾਬ ਹੁੰਦੀ ਏ ਵੀ ਅਸੀਂ ਇਹ ਹਰਕਤਾਂ ਨਾ ਕਰੀਏ ਜਦੋਂ ਇਹ ਹਰਕਤਾਂ ਕਰਦੇ ਨੇ ਨਾ ਫਿਰ ਇਹਨਾਂ ਦੀ ਜਿਹੜੀ ਪੂਰੀ ਕਮਿਊਨਿਟੀ ਨਹੀਂ ਹੈ ਉਹ ਬਦਨਾਮ ਹੁੰਦੀ ਏ ਮਲਕੀ ਮਚੁਰ ਪੁਣਾ ਤੁਸੀਂ ਦਿਖਾਓ ਇਹ ਤਾਂ ਸਰੀਰ ਦੇ ਅੰਦਰ ਆਇਆ ਜਾਏ ਜਿਹੜੀ ਪ੍ਰੋਬਲਮ ਹੈ ਨਾ ਉਹ ਰੱਬ ਨੂੰ ਪਤਾ ਜਰੂਰ ਹੁੰਦਾ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਕਹਿ ਰਹੇ ਹੋ ਵੀ ਉਹ ਕਰਦਾ ਇਹਦੇ ਵਿੱਚ ਬਾਬੇ ਦਾ ਕੀ ਕਸੂਰਾ ਦੱਸੋ ਬਾਬਾ ਬਾਬੇ ਦਾ ਕਸੂਰ ਏ ਕਿ ਬਾਬਾ ਉਹਨਾਂ ਨੂੰ ਪ੍ਰਮੋਟ ਕਰਦਾ ਹੈ ਬਾਬਾ ਉਹਨਾਂ ਨਾਲ ਰਿਲਾ ਭੰਡਾ ਹੈ ਰੀਲ ਰੀਲ ਤੇ ਹਾਸੇ ਮਖੌਲ ਲਈ ਬਣਾਉਨੇ ਆ ਨਾ ਅਸੀਂ ਕਿਹੜਾ ਉਹਨਾਂ ਨਾਲ ਕੋਈ ਬਾਜੀ ਮਾੜਾ ਕੋਈ ਕੰਮ ਕਰਦੇਵੇਂ ਲੋਕੀ ਮੈਂ ਮੈਂ ਚਲੋ ਠੀਕ ਆ ਮੈਂ ਮਾੜਾ ਕੰਮ ਕਰ ਰਿਹਾ ਬਈ ਉਹਨਾਂ ਨਾਲ ਗੇ ਨਾਲ ਰੀਲ ਬਣਾ ਰਿਹਾ ਕੁਦਰੇ ਨਾਲ ਆ ਨਾ ਪਰ ਉਹੀ ਚੰਗੇ ਬੰਦੇ ਉਹ ਗਰੰਤੀ ਸਿੰਘ ਨੂੰ ਪੈਸੇ ਨਹੀਂ ਪਾ ਰਹੇ ਕਮੈਂਟ ਨਹੀਂ ਕਰ ਰਹੇ ਕਿੱਥੇ ਗਏ ਚੰਗਾ ਭਾਜੀ ਚੰਗਾ ਵੀ ਕਰ ਰਹੇ ਆ ਉਹ ਪੈਰ ਵੱਡਿਆ ਗਿਆ ਚਾਰ ਵਾਰੀ ਮੈਨੂੰ ਸਟੋਰੀ ਪਾਣੀ ਪਈ ਫੇ ਵਿਚਾਰਿਆਂ ਨੂੰ ਕਿਤੇ ਲੱਖ ਰੁਪਿਆ ਹੋਇਆ ਮਨ ਲੋ ਜੇ ਤੋ ਜੇ ਤੋ ਡਾ ਲੋ ਕੀ ਸਾਥ ਦੇਣ ਐਵੇਂ ਮੇਰਾ ਲਾਸਟ ਤੇ ਕੁਆਚਨ ਹੀ ਪਰ ਮੈਂ ਚਲੋ ਛੁਰੂ ਜੀ ਪੁੱਛ ਲੈਣਾ ਜੇ ਤੋ ਡੇ ਤੁਹਾਡਾ ਤੁਹਾਡੇ ਲੋਕੀ ਸਾਥ ਦੇਣ ਤੁਹਾਨੂੰ ਕਹਿਣ ਬਾਬਾ ਜੀ ਅਸੀਂ ਅਸੀਂ ਤੁਹਾਡਾ ਸਾਥ ਦੇਨੇ ਆ ਤੁਸੀਂ ਦੱਸੋ ਤੁਹਾਨੂੰ ਕਿੰਨੇ ਪ੍ਰੋਗਰਾਮ ਚਾਹੀਦੇ ਤੁਸੀਂ ਪ੍ਰੋਗਰਾਮ ਲਾਉਣ ਨੂੰ ਤਿਆਰ ਹੋ ਕੀਰਤਨ ਕਰਨ ਨੂੰ ਤਿਆਰ ਹੋ ਨਹੀਂ ਭਾਜੀ ਮੈਂ ਮੈਨੂੰ ਇੰਗਲੈਂਡ ਤੋਂ ਸਪான்ਸਰ ਤੱਕ ਆ ਗਈ ਆ ਮੈਂ ਉਹਨਾਂ ਨੂੰ ਮਨਾ ਕਰਤਾ ਮੈਂ ਕਹਿੰਦਾ ਨਹੀਂ ਮੈਂ ਹੁਣ ਨਹੀਂ ਭਾਜੀ ਕਿਉਂ ਹੁਣ ਵਈ ਆ ਕੀ ਮੈਂ ਇਹਦਾ ਮਤਲਬ ਫਿਰ ਫਿਰ ਪੈਸੇ ਦੀ ਪ੍ਰੋਬਲਮ ਹੈ ਭਾਜੀ ਮੇਰਾ ਮਤਲਬ ਫਿਰ ਫੇਮ ਦੀ ਪ੍ਰੋਬਲਮ ਹੈ ਜਾਂ ਨਹੀਂ 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 ਪਾਜੀ ਨਹੀਂ ਇੰਗਲੈਂਡ ਚ ਵੀ ਮੋਹਰੇਓ ਪੈਸੇ ਚੱਕ ਲੈਂਦੇ ਆ ਪਾਜੀ ਮੈਂ ਆਪਣੀ ਮਿਹਨਤ ਕੀਤੀ ਆ ਮੈਂ ਆਪਣੇ ਆਪ ਨੂੰ ਪ੍ਰੂਫ ਕੀਤਾ ਤੇ ਫੇਰ ਮੈਨੂੰ ਪ੍ਰੋਗਰਾਮ ਮਿਲੇ ਹੈ ਨਾ ਇਹਦੇ ਚ ਪਾਜੀ ਇਹਦੇ ਚ ਇਨਸਾਨੀਅਤ ਵਾਲੀ ਗੱਲ ਨਹੀਂ ਰਹਿ ਜਾਂਦੀ ਇਹਦੇ ਵਿੱਚ ਇਹ ਆ ਜਾਂਦੀ ਪਾਜੀ ਮੈਨੂੰ ਦੇ ਦਿਓ ਮੈਂ ਬੈਠਾ ਵਾਂ ਪਾਜੀ ਇਦਾਂ ਹੋ ਜਾਂਦੀ ਆ ਸਾਡੀਆਂ ਤੁਸੀਂ ਤੁਸੀਂ ਤੁਹਾਨੂੰ ਮੈਂ ਆਪਣੀ YouTube ਦੀ ਵੀਡੀਓ ਭੇਜੀ ਭਾਜੀ ਜੀ ਜੀ ਮੈਂ ਵੇਖੀ ਤੁਹਾਨੂੰ ਮੇਰੇ 'ਚ ਕੋਈ ਕਮੀ ਲੱਗੀ ਏ ਦੱਸੋ ਵੀ ਸਾਡੇ ਕੰਮ 'ਚ ਕੋਈ ਕਮੀ ਹੋਵੇ ਤੇ 우ਸਤਾਦ ਜੀ ਕੀਰਤਨ ਕਿਤੇ ਬਾਬੇ ਕੀਰਤਨ ਛੋੜ ਕੇ ਬਾਬਾ ਜੀ ਆਪਾਂ ਵਿੱਚੇ ਪ੍ਰੋਗਰਾਮ ਰੌਂਦੇ ਬਾਬਾ ਜੀ ਕਾ ਰਾਗ ਸੁਣਾ ਦਿਓ ਮੜ ਦਿਆ ਓਏ ਅੱਜ ਤੀ ਮੈਂ ਕਹਿੰਦਾ ਯਾਰ ਜਿਹੜੇ ਅੱਜ ਕੱਲ ਦੇ ਸਿੰਗਰ ਐ ਨਾ ਪੰਜਾਬੀ 100 ਗੁਣਾ ਚੰਗਾ 100 ਗੁਣਾ ਚੰਗਾ ਮਾਸਟਰ ਸੁਲੀਮ ਜੀ ਖਾਨ ਜਿਹੜੇ ਮੁੰਡੇ ਹੈ ਨਾ ਜਿਹੜੇ ਜਿੰਨਾਂ ਨੇ ਸਿੱਖਿਆ ਇੱਕ ਹੋਰ ਐ ਮੁੰਡਾ ਬਿੱਲੀਆਂ ਜੱਖਾ ਵਾਲਾ ਖਾਨ ਸਾਹਿਬ ਉਹ ਉਹਨਾਂ ਨੂੰ ਛੱਡ ਕੇ ਜਿਹੜੇ ਆਟੋ ਟਿਊਨ ਵਾਲੇ ਨੇ ਪਰਮੇਸ਼ਵਰਮ ਆ ਗਿਆ ਹੋਰ ਬੜੇ ਸਿੰਗਰ ਨੇ ਉਹਨਾਂ ਨਾਲੋਂ ਚੰਗਾ ਸੋਗ ਨਾਲ ਚੰਗਾ ਬਾਬਾ ਬਾਬਾ ਜੀ ਮਾਣਾ ਜਾ ਉਹ ਜੀ ਇੱਕ ਕੋਈ ਵੀ ਰਾਗ ਕੋਈ ਸ਼ਬਦ ਹੁਣ ਦੇਖੋ ਹੁਣ ਆਪਾਂ ਇਹਨਾਂ ਨੂੰ ਚਲੋ ਤੁਹਾਨੂੰ ਤਾਂ ਮੈਂ ਕੱਲ ਘੰਟਾ ਡੇਢ ਘੰਟਾ ਆਪਾਂ ਗੱਲ ਕੀਤੀ ਸਾਰੀ ਹੈਨਾ ਹੁਣ ਇੱਕ ਫਿਲਮ ਆ ਫਿਲਮ ਦੇਸ਼ ਫਿਲਮ ਆ ਹੈਨਾ ਤੇ ਉਹਦੇ ਵਿੱਚ ਰਾਗ ਗਾਇਆ ਗਿਆ ਮਾਡ ਰਾਜਸਥਾਨ ਦਾ ਇੱਕ ਸ਼ਹਿਰ ਆ ਮਾਡ ਉਹਦੇ ਵਿੱਚ ਇੱਕ ਰਾਗ ਗਾਇਆ ਗਿਆ ਮਾਡ ਹੈਨਾ ਕੇਸਰੀਆ ਬਾਲਮ ਪਧਾਰੋ ਅਮਾਰੇ ਦੇਸ਼ ਹੈਨਾ ਪਧਾਰੋ ਮਾਦੇ ਦੇ ਸੁਧੇ ਪਧਾਰੋ ਮਾਦੇ ਦੇ ਹੁਣ ਭਾਜੀ ਇਸ ਚੀਜ਼ ਦਾ ਚਿਹਰਾ ਬਣਾਉਣਾ ਆ ਸਾਨੂੰ ਵੀ ਤਾਂ 10 ਸਾਲ ਲੱਗੇ ਹੀ ਹੋਣਗੇ ਇਹਦਾ ਚਿਹਰਾ ਬਣਾਉਣ ਨੂੰ ਕਿਵੇਂ ਢਡੋ ਜੰਮ ਕੇ ਸਿੱਖ ਕੇ ਆ ਗਿਆ ਹਨਾ ਹੁਣ ਸਾਰੇ ਮਾਪਾ ਨਹੀਂ ਜਾ ਸਾਰਨੀ ਦਾ ਪਦ ਮੰਗਦੇ ਮਾਘਰੇ ਸਾਰੇ ਨਹੀਂ ਸਾਰੇ ਮਾਪਾ ਹੁਣ ਤੁਹਾਨੂੰ ਇਹ ਫੀਲ ਹੋ ਗਿਆ ਨਾ ਸਾਰਿਆਂ ਨੂੰ ਆਡੀਅנס ਨੂੰ ਤੇ ਤੁਹਾਨੂੰ ਵੀ ਇਹ ਜਿਹੜਾ ਆਪਾਂ ਪਹਿਲਾਂ ਤੁੱਕ ਗਾਈ ਆ ਉਹਦਾ ਹੀ ਇੱਕ ਰਾਗ ਆ ਗਿਆ ਹਾਂ ਬਿਲਕੁਲ ਬਿਲਕੁਲ ਇਹ ਚੀਜ਼ ਹੈ ਇਹ ਚੀਜ਼ ਦਾ ਫਰਕ ਹੈ ਕੋਈ ਆਇਆ ਕੌਣ ਆਇਆ ਕੋਈ ਆਇਆ ਕੌਣ ਆਇਆ ਬਾਬਾ ਜੀ ਬੰਦੇ ਪੈ ਗਏ ਤੁਹਾਨੂੰ ਬਾਬਾ ਜੀ ਬੰਦੇ ਨਹੀਂ 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 ਬੰਦੇ ਨਹੀਂ ਪੈ ਬਾਬਾ ਜੀ ਆਪਣੇ ਭਰਾ ਆ ਭਾਜੀ ਬਾਬੇ ਹੋਰਾਂ ਨੂੰ ਧਮਕੀਆਂ ਵੀ ਬੜੀਆਂ ਆਂਦੀਆਂ ਨੇ ਕਿ ਤੂੰ ਸਿੱਖੀ ਸਰੂਪ ਚ ਸਿੱਖਾਂ ਦਾ ਨਾਮ ਬਦਨਾਮ ਕਰ ਰਿਹਾ ਏ ਤੈਨੂੰ ਮਾਰ ਦੇਣਾ ਬਾਬਾ ਜੀ ਕਿਹਦੀ ਧਮਕੀ ਆਈ ਸੀ ਤੁਸੀਂ ਕਹਿੰਦੇ ਮੈਨੂੰ ਧਮਕੀ ਆਈ ਉਹ ਭਾਜੀ ਮੈਂ ਹੁਣ ਕਹਿਣਾ ਤਾਂ ਨਹੀਂ ਚਾਹੁੰਦਾ ਦੱਸਣਾ ਨਹੀਂ ਚਾਹੁੰਦਾ ਜੇ ਆਪਾਂ ਉਹ ਗੱਲ ਦੱਸਦੇ ਆ ਤੇ ਸਾਡਾ ਹੀ ਘਾਟਾ ਸਾਡਾ ਹੀ ਘਾਟਾ ਤੁਹਾਨੂੰ ਮੈਂ ਆਫ ਕੈਮਰਾ ਦੱਸੂਗਾ ਤੁਸੀਂ ਵੀ ਕੰਨਾਂ ਨੂੰ ਹੱਥ ਲਾਉਣਾ ਪਰ ਦੇਖੋ ਭਾਈ ਮੇਰੀ ਗੱਲ ਸੁਣੋ ਮੈਨੂੰ ਮਾਰਿਓ ਉਦੋਂ ਜਦੋਂ ਮੇਰੇ ਅਕਾਊਂਟ 'ਚ 10 ਕਰੋੜ ਰੁਪਈਆ ਹੋ ਗਿਆ ਕਿਉਂਕਿ ਜੋ ਮੈਨੂੰ ਆਪਣੇ ਬੱਚੇ ਦੀ ਟੈਨਸ਼ਨ ਨਹੀਂ ਹੋਊਗੀ ਠੀਕ ਆ ਤੇ ਸਾਰਿਆਂ ਨੂੰ ਮੈਂ ਭਾਜੀ ਬੱਚੇ ਨਾਲ ਮਿਲਾਈ ਆ ਆਪਾਂ ਆਡੀਅੰਸ ਨੂੰ ਜਰੂਰ 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 ਐਮੀ ਜੀ ਆਓ ਫਿਰ ਆਓ ਆਪਾਂ ਸਾਰਿਆਂ ਨਾਲ ਮਿਲ ਕੇ ਆਜੋ ਮੈਂ ਚਾਹੁੰਦਾ ਆ ਵੀ ਮੈਂ ਪਾਜੀ ਇਹਨੂੰ ਚੰਗਾ ਸਿੰਗਰ ਬਣਾਵਾਵਾਂਗਾ ਐਸਾ ਸਿੰਗਰ ਬਣਾਵਾਵਾਂਗੇ ਕਿ ਕਹਿੰਗੇ ਚਲੋ ਵੀਰ ਕੈ ਮੀਰ ਕਣੀ ਮੇਰਾ ਮੀਰ ਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਕੀ ਆਲੇ ਪੂਰਾ ਸਾਰਿਆਂ ਦਾ ਕਹਿ ਦੋ ਫੇ ਕਹਿੰਦੇ ਠੀਕ ਆ ਹੈ ਕਿਹੜੀ ਕਲਾਸ ਚ ਪੜਦਾ ਪਾਜੀ ਇਹਦੇ ਕਿਹੜੀ ਕਲਾਸ ਚ ਪੜਦਾ ਐਲ ਕੇਜੀ ਚ ਹੈ ਕਿੰਨੇ ਸਾਲ ਦਾ ਆ ਗਿਆ ਬਾਬਾ ਜੀ ਇਹ ਪਾਜੀ 6ਵਾਂ ਸਾਲ ਲੱਗ ਗਿਆ 6 ਸਾਲ ਦਾ ਠੀਕ ਠੀਕ ਨਹੀਂ ਪੜਾਓ ਪੜਾਓ ਇੰਨਾ ਚੀਏ ਵੇ ਇੰਨਾ ਤੇਈਆਂ ਸੀ ਹੁਣ ਸਾਡੇ ਤੇ ਮਾਬਾਪ ਡਿਪੈਂਡ ਸੀ ਕਈ ਕੱਖ ਕੀਤਾੜੀ ਥੋੜਾ ਸੀ ਆਪਣੇ ਬੱਚਿਆਂ ਤੇ ਉਮੀਦਾਂ ਲਾ ਕੇ ਬੈਠੇ ਆ ਨਹੀਂ ਨਹੀਂ ਕਰਨ ਵਧੀਆ ਬਿਲਕੁਲ ਬਿਲਕੁਲ ਭਾਈ ਮੈਂ ਸਿਰਫ YouTube ਚਲਾ ਰਿਹਾ ਤਾਂ ਮੈਂ ਇਹਦੇ ਕਰਕੇ ਹੀ ਚਲਾ ਰਿਹਾ ਭਾਜੀ ਤੇ ਤੁਸੀਂ ਇਹਨੂੰ ਕੀ ਬਣਾਉਣਾ ਚਾਹੁੰਦੇ ਹੋ ਮੈਂ ਭਾਜੀ ਇਹਨੂੰ ਚੰਗਾ ਆਫੀਸਰ ਬਣਾਉਣਾ ਚਾਹੁੰਨਾ ਆ ਪਰ ਇਹ ਨਾਲ ਨਾਲ ਸਾਡੇ ਘਰ ਦੀ ਖਾਨਦਾਨੀ ਇਹਦੇ ਹੀ ਸਿਟੀ ਸੰਭਾਲ ਕੇ ਰੱਖੇ ਗਾਣਾ ਵਜਾਣਾ ਪਹਿਲਾਂ ਤੇ ਇਹਨੂੰ ਮੈਂ ਕਰਾਉਂਗਾ ਭਾਜੀ ਸੰਥਿਆ ਗੁਰਗ੍ਰੰਥ ਸਾਹਿਬ ਜੀ ਦਾ ਪੂਰਾ ਇਹਨੂੰ ਮੈਂ ਪੜਨਾ ਸਿਖਾਉਂਗਾ ਬਹੁਤ ਸੋਹਣੀ ਗੱਲ ਪੂਰਾ ਇਹਨੂੰ ਮੈਂ ਪੜਨਾ ਸਿਖਾਉਂਗਾ ਤੇ ਫੇਰ ਮੈਂ ਇਹਨੂੰ ਆਪਣੀ ਇਰਹਾਸਤੀ ਕਲਾਸੀਕਲ 뮤జిక్ ਸਿਖਾਉਂਗਾ ਸਿਖਾਣ ਤੋਂ ਬਾਅਦ ਕਿਉਂਕਿ ਜੋ 8ਵੀਂ 9ਵੀਂ ਚ ਹੁਣ ਇਹਨੇ ਬੋਲਣ ਲੱਗ ਪਿਆ ਪੰਜਾਬੀ ਪਿਓਰ ਤੇ ਧੀਰੇ ਧੀਰੇ ਜਿੱਦਾਂ ਇਹ ਚੱਲਦਾ ਰਹੂਗਾ ਫੇਰ ਮੈਂ ਇਹਨੂੰ ਕਲਾਸੀਕਲ ਵੱਲ ਲੈ ਕੇ ਆਉਂਗਾ ਫੇਰ ਪੜਾਈ ਮੈਂ ਇਹਦੀ ਪੂਰੀ ਤੁਹਾਨੂੰ ਪਤਾ ਨਰਸਰੀ ਚ 85% ਲੈ ਕੇ ਆਇਆ ਭਾਜੀ ਵਾਹ 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 ਨਹੀਂ ਨਹੀਂ ਰੱਖੋ ਇਹਦਾ ਹੀ ਪੜਾਈ ਵਾਲੇ ਇਹਨੂੰ ਰੱਖੋ ਹਾਂ ਜੀ ਖੜਾਓ ਵੀ ਹੈ ਨਾ ਗੇ ਮੰਗੂ ਮਾਂ ਵੀ ਪਰ ਪੜਾਈ ਵਾਲ ਰੁਚੀ ਰੱਖੋ ਤੇ ਬਹੁਤ ਮੈਂ ਬਿਲਕੁਲ ਭਾਜੀ ਆਪਣਾ ਪਰ ਨਾ ਕਈ ਚਲੋ ਹੁਣ ਮਾਫ ਕਰਨਾ ਮੈਨੂੰ ਮੈਂ ਕਮੈਂਟਾਂ ਕਮੈਂਟਾਂ ਤੂੰ ਹੀ ਮੈਨੂੰ ਇਹ ਪ੍ਰਸ਼ਨ ਜਿਆਦਾ ਆਇਆ ਹੈ ਕਈ ਲੋਕ ਇਹ ਕਹਿੰਦੇ ਨੇ ਕਿ ਗੁਰੂ ਸਾਹਿਬਾਂ ਨੇ ਗੁਰੂ ਸਾਹਿਬ ਨੇ ਸਿੰਘਾਂ ਨੇ ਵੀ ਆਪਣੇ ਬੱਚੇ ਵਾਰ ਦਿੱਤੇ ਸਿੱਖੀ ਪਿੱਛੇ ਤੇ ਤੁਸੀਂ ਮਤਲਬ ਕਿ ਅੱਜ ਕੱਲ੍ਹ ਤੋਂ ਸਾਨੂੰ ਸਿੱਖਾਣੂ ਅੱਜ ਕੱਲ੍ਹ ਦੇ ਸਿੱਖਾਣੂ ਲਾਲਚ ਆ ਗਿਆ ਚਾਹੇ ਤੁਸੀਂ ਲਾਲਚਾਹੇ ਮੈਂ ਲਾਲਾ ਵੀ ਸਾਡੇ ਚ ਲਾਲਚ ਆ ਗਿਆ ਅਸੀਂ ਆਪਣੇ ਬੱਚਿਆਂ ਵਾਸਤੇ ਬਿਹਤਰ ਫਿਊਚਰ ਚਾਹਣੇ ਜਿੱਦਾਂ ਤੁਸੀਂ ਹੁਣ ਕਹਿੰਦੇ ਪਏ ਹੋ ਕਿ ਮੈਂ ਆਪਣੇ ਬੱਚੇ ਨੂੰ ਪੜਾਣਾ ਹੈ ਹਨਾ ਲਖਾਣਾ ਹੈ ਮੈਨੂੰ ਇਹਦੇ ਬਿਲਕੁਲ ਬਿਲਕੁਲ ਪਰ ਜਿਹੜਾ ਜਿਹੜੀ ਸਾਨੂੰ ਵਿਰਾਸਤ ਮਿਲੀ ਹੈ ਉਹ ਕੌਣ ਸੰਭੇਗਾ ਮਤਲਬ ਕਿ ਜੇ ਅਪਾ ਸਾਰੇ ਆਪਣੇ ਘਰਾਂ ਵੱਲ ਚਾਹਾਂ ਧਿਆਨ ਦੇਣ ਲੱਗ ਪਏ ਤੇ ਜਿਹੜੀ ਇਹ ਸਿੱਖੀ ਹੈ ਜਾਂ ਕੀਰਤਨ ਹੈ ਜਾਂ ਅਸੀਂ ਜਿਹੜੀ ਜਿਹੜੀ ਆਪਣੇ ਲੋਕਾਂ ਨੂੰ ਦੱਸਣਾ ਹੈ ਕਿ ਸਾਡਾ ਸਿੱਖ ਧਰਮ ਆ ਸੀ ਹੁਣ ਉਹ ਕਿੰਨੇ ਦੱਸਣਾ ਖਤਾ ਬਚ ਕੇ ਨਹੀਂ ਦੱਸਣਾ ਨਾ ਕੀਰਤਨ ਕਰਕੇ ਦੱਸਣਾ ਨਾ ਪਾਟੀ ਸਿੰਗਾਣੇ ਦੱਸਣਾ ਨਾ ਕੋਮ ਦੇ ਲੀਡਰਾਂ ਨੇ ਦੱਸਣਾ ਨਾ ਪਰ ਕੋਮ ਦੇ ਲੀਡਰ ਤੇ ਆਪੇ ਇੰਸਟਾਗ੍ਰਾਮ ਬਣਾ ਰਹੇ ਨੇ ਜਾਂ ਪਾਟੀ ਸਿੰਘ ਆਪੇ ਇੰਸਟਾ ਭਾਜੀ ਭਾਜੀ ਕਹੋ ਕਹੀਏ ਕਹੋ ਪਰਮਾਦ ਪੁਰਖ ਮਨਉਪਮੰਗ ਏ ਓਖਾ ਏ ਬਾਬਾ ਜੀ ਨਹੀਂ ਕਹੋ ਕਹੋ ਮੈਂ ਨਹੀਂ ਨਾ ਵੇ ਬੇਟਾ ਕੱਲ ਵੀ ਆਪਰੇ ਮੈਨੂੰ ਬੜੇ ਓਕੇ ਸ਼ਬਦ ਦਿੱਤੇ ਸੀ ਮੈਂ ਇਹ ਰੱਟ ਲਈ ਸੀ ਪਰਮਾਦ ਪਰਮਾਦ ਪੁਰਖ ਮਨਉਪਮੰਗ ਦੁਆਰਾ ਬੋਲਿਓ ਪਰਮਾਦ ਪਰਮਾਦ ਪੁਰਖ ਪੁਰਖ ਮਨਉਪਮੰਗ ਐਲ ਐਲ ਕਹਾ ਬਾਈ ਚਲੋ ਤੁਸੀਂ ਗੱਲ ਦੱਸੋ ਹਾਂ ਹੁਣ ਗੱਲ ਇੱਥੇ ਆਉਂਦੀ ਹੈ ਦੇਖੋ ਭਾਜੀ ਲਈ ਓਖਾ ਆ ਹੁਣ ਇਹਦੇ ਲਈ ਪਹਿਲਾਂ ਸੰਥਿਆ ਕਰਨੀ ਪੈਂਦੀ ਆ ਪੜਨਾ ਲਿਖਣਾ ਪੈਂਦਾ ਆ ਅਸੀਂ ਆਪਣੇ ਘਰਾਂ ਨੂੰ ਸਹੀ ਰੱਖਾਂਗੇ ਨਾ ਸਾਡੇ ਬੱਚੇ ਹੋਣਗੇ ਤੇ ਉਹਨਾਂ ਦੇ ਨਾਲ ਦੇ ਟੇਬਲ ਵਾਲੇ ਫੋਨ ਗੇਮਾਂ ਮੰਗਦੇ ਆ ਨਾ ਵੀ ਸਾਨੂੰ ਆ ਗੇਮ ਚਾਹੀਦੀ ਆ ਹੁਣ ਜੇ ਬੱਚਾ ਘਰ ਚ ਆ ਕੇ ਚੀਜ਼ ਮੰਗਦਾ ਤੇ ਉਹਦੇ ਸਕੂਲ ਚ ਨਾਲ ਦੇ ਬੈਂਚ ਵਾਲਾ ਬੱਚਾ ਦਿਖਾਉਂਦਾ ਹੈ ਤੇ ਉਹ ਆ ਕੇ ਮੰਗਦਾ ਆ ਤੇ ਜੇ ਅਸੀਂ ਇੱਥੋਂ ਆਪਣੇ ਪਰਿਵਾਰ ਨੂੰ ਸਹੀ ਤੋਰਾਂਗੇ ਨਾ ਸਾਡਾ ਪਰਿਵਾਰ ਵਧੀਆ ਹੋਏਗਾ ਹੁਣ ਇੱਥੇ ਕੁਐਸਚਨ ਉੱਠਦਾ ਆ ਜਿਨ੍ਹਾਂ ਦੇ ਪਰਿਵਾਰਾਂ 'ਚ ਸੰਥਿਆ ਨਹੀਂ ਹੋਈ ਉਹ ਆਪਣੇ ਬੱਚਿਆਂ ਨੂੰ ਕਿੱਦਾਂ ਸਿਖਾਉਣ ਪਹਿਲੋਂ ਮਾਪਿਓ ਨੂੰ ਸਿੱਖਣਾ ਪੈਣਾ ਫਿਰ ਆਪਣੇ ਬੱਚਿਆਂ ਨੂੰ ਸਿਖਾਓ ਜੀ ਸਹੀ ਗੱਲ ਹੈ ਠੀਕ ਹੈ ਹੁਣ ਹੁਣ ਗੱਲ ਇਹ ਆ ਜਾਂਦੀ ਆ ਤੁਸੀਂ ਇੱਕ ਹੁਣ ਸਾਰੇ ਕਹੀ ਜਾਂਦੇ ਏਕ ਓੰਕਾਰ ਭਾਜੀ ਤੁਸੀਂ ਕੀ ਕਹਿੰਦੇ ਆ ਦੱਸੋ ਜਪਜੀ ਸਾਹਿਬ ਨੂੰ ਸ਼ੁਰੂ ਕਰਦੇ ਆ ਤਾਂ ਇੱਕ ਓੰਕਾਰ ਇੱਕ ਓੰਕਾਰ ਇੱਕ ਓ ਓੰਕਾਰ ਹੈ ਜੀ ਇੱਕ ਓੰਕਾਰ ਹੁਣ ਦੇਖੋ ਸਹੀ ਉਚਾਰਣ ਹੈ ਨਾ ਜਿਹੜਾ ਉਹ ਸਿਰਫ ਇੱਕੋ ਹੀ ਦੱਸ ਰਿਹਾ ਵਾ ਕੌਣ ਸਿਰਫ ਤੇ ਸਿਰਫ ਦਮਦਮੀ ਟਕਸਾਲ ਅੱਛਾ ਕਿਉਂ ਦਸਵੇਂ ਪਾਸ਼ਾ ਦੀ ਪ੍ਰਾਣੀ ਮਰਿਆਦਾ ਸ਼ੁਰੂ ਹੋਈ ਹੋਈ ਏ ਘੜੀਏ ਸ਼ਬਦ ਸੱਚੀ ਟਕਸਾਲ ਹਨਾ ਹੁਣ ਸਾਰੇ ਉਥੋਂ ਵਿਦਿਆਰਥੀ ਪੜ ਕੇ ਅੱਗੇ ਸੰਥਿਆ ਸ਼ੁਰੂ ਕਰ ਦਿੰਦੇ ਆ ਗੁਰੂ ਘਰਾਂ ਵਿੱਚ ਕੋਈ ਗੁਰੂ ਘਰਾਂ ਚ ਕੋਈ ਗੱਲ ਸ਼ੁਰੂ ਹੋ ਜਾਂਦੀ ਕੋਈ ਕੋਈ ਗੁਰੂ ਗੁਰੂ ਘਰਾਂ ਚ ਗੱਲ ਸ਼ੁਰੂ ਹੋ ਜਾਂਦੀ ਵੀ ਇਹਨੂੰ ਸੰਥਿਆ ਕਿਉਂ ਕਰਾਰੇ ਬੱਚੇ ਫਿਰ ਬੱਚਿਆਂ ਦੇ ਪੇਪਰ ਆਉਣ ਲੱਗ ਪੈਂਦੇ ਬਾਬਾ ਜੀ ਪੇਪਰ ਆ ਗਏ ਜਾਂ ਸੰਖਿਆ ਪਿੱਛੇ ਰਹਿ ਗਈ ਉਹ ਗਲਤੀ ਕੀਤੀ ਆ ਪ੍ਰਚਾਰਕ ਤੇ ਆਪਣਾ ਟਾਈਮ ਕੱਢ ਕੇ ਜਾ ਰਿਹਾ ਹੈ ਨਾ ਹਾਂ ਹਾਂ ਆ ਪ੍ਰਚਾਰਕ ਤੇ ਜਾ ਰਿਹਾ ਹੈ ਪਰ ਜੇ ਆਪਾਂ ਕਹੀਏ ਨਾ ਪਿੰ ਸਾਰਾ ਕਸੂਰ ਹੀ ਉਹ ਬਾਬੇ ਦਾ ਜਾਂ ਰਾਗੀ ਸਿੰਘ ਆਂਦਾ ਕਿ ਨਹੀਂ ਹਾਂ 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 ਸਿਸਟਮ ਦਾ ਕਸੂਰ ਹੈ ਸਿਸਟਮ ਦਾ ਜਿਹੜੇ ਵੱਡੇ ਵੱਡੇ ਉੱਥੇ ਬੈਠੇ ਨੇ ਯਾਰ ਨੋਰਮਲ ਗੱਲ ਹੈ ਉਹ ਕਿੰਨਾ ਚਿਰ ਸਿਸਟਮ ਨਾਲ ਲੜ ਪੇਗਾ ਨਹੀਂ ਮੈਂ ਲੋਕਾਂ ਤੇ ਨਾ ਵੀ ਯਾਰ ਤੂੰ ਗਲਤ ਕੀਤਾ ਤੂੰ ਇੰਸਟਾਗ੍ਰਾਮ ਤੇ ਲਚਰਪੁਣਾ ਫਲਾ ਰਿਹਾ ਮੈਂ ਵੀ ਕਹਤਾ ਨਾ ਯਾਰ ਮੈਂ ਤੈਨੂੰ ਪਤਾ ਤੁਹਾਡੇ ਭਰਾ ਅੱਗੇ ਰਹਿੰਦਾ ਇਹ ਕੰਮਾਂ ਤੂੰ ਪਰ ਮੈਂ ਜਦੋਂ ਇਹਦੇ ਵਿੱਚ ਵੜ ਕੇ ਵੇਖਿਆ ਨਾ ਬਾਬੇ ਨੇ ਮੈਨੂੰ ਦੋ ਤਿੰਨ ਦਿਨ ਹੋ ਗਏ ਬਾਬੇ ਦੀਆਂ ਮਜਬੂਰੀਆਂ ਸੁੰਦੇ ਨੂੰ ਜਾਜ ਦੇ ਇਹ ਮਜਬੂਰੀਆਂ ਨਹੀਂ ਮੈਂ ਮਜਬੂਰੀਆਂ ਦੀ ਗੱਲ ਕਰਦਾ ਪਰ ਜਿਹੜਾ ਬਾਬੇ ਨੇ ਮੈਨੂੰ ਸ਼ੁਰੂ ਤੋਂ ਲੈ ਕੇ ਕਹਿਣ ਤੱਕ ਦੱਸਿਆ ਨਾ ਯਾਰ ਵਾਕਿਆ ਕਿਉਂਕਿ ਮੈਂ ਖੁਦ ਦੱਸਾਂ ਮੈਂ ਖੁਦ ਪਾਠੀ ਸਿੰਘਾਂ ਦੇ ਪਰਿਵਾਰ ਚੋਂ ਰਿਹਾ ਮੇਰਾ ਦਾਦਾ ਖੁਦ ਪਾਠ ਕਰਦਾ ਰਿਹਾ ਮੇਰਾ ਡੈਡੀ ਖੁਦ ਪਾਠ ਕਰਦਾ ਰਿਹਾ ਮੈਨੂੰ ਪਤਾ ਯਾਰ ਜਦੋਂ 100 1. ਮਿਲ ਗਿਆ ਹੀ ਉਹ ਦਿਨ ਵੇਖੇ ਨੇ ਪਰ ਬਾਬਾ ਜੀ ਪਰ ਸਾਨੂੰ ਸਬਰ ਨਹੀਂ ਕਰਨਾ ਚਾਹੀਦਾ ਜੇ ਮੰਨ ਲਓ ਸਾਡੀ ਜ਼ਿੰਦਗੀ ਡਾਉਨ ਫਾਲ ਚ ਚੱਲ ਰਹੀ ਹੈ ਸਾਡਾ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਪਰ ਸਾਨੂੰ ਸਬਰ ਕਰਨਾ ਚਾਹੀਦਾ ਸਾਨੂੰ ਗੁਰੂ ਤੇ ਆਸ ਨਹੀਂ ਛੱਡ ਦੇਣੀ ਚਾਹੀਦੀ ਪੀ ਯਾਰ ਹੁਣ ਬਾਬਾ ਨਹੀਂ ਨਹੀਂ ਮੈਂ ਮੈਂ ਕੀਰਤਨ ਛੱਡਿਆ ਥੋੜੋ ਆ ਮੈਂ ਕੀਰਤਨ ਛੱਡਿਆ ਨਹੀਂ ਹੈਗਾ ਮੈਂ ਪੈਸੇ ਲੈਣੇ ਬੰਦ ਕਰ ਦਿੱਤੇ ਅੱਛਾ ਮੈਂ ਪੈਸੇ ਲੈਣੇ ਕੀਰਤਨ ਤੋਂ ਬੰਦ ਕਰ ਦਿੱਤੇ ਮੈਂ ਕਾਰੋਬਾਰ ਆਪਣਾ ਹੋਰ ਕੁਛ ਕਰ ਲਿਆ ਮੈਂ ਜਦੋਂ ਸੈੱਟ ਹੋ ਜਾਵਾਂਗਾ ਕੀਰਤਨ ਕਰਨ ਵਾਸਤੇ ਕੋਈ ਮੈਨੂੰ ਬੁਲਾਵੇ ਤੇ ਬੇਸ਼ੱਕ ਮੈਂ ਜਾਵਾਂਗਾ ਠੀਕ ਆ ਪਰ ਮੈਂ ਫ੍ਰੀ ਜਾਵਾਂਗਾ ਪੈਸੇ ਨਹੀਂ ਲਵਾਂਗਾ ਹਾਂ ਬਾਬਾ ਜੀ ਇੱਕ ਤੁਹਾਡੇ ਨਾਲ ਹੋਰ بڑا ਵਿਵਾਦ ਜੁੜਦਾ ਹੈ ਕਿ ਬਾਬਾ ਜੀ ਨੇ ਗੱਲ ਦੇ ਵਿੱਚ ਸੂਰ ਦਾ ਨਖੁੰਡ ਪਾਇਆ ਪਾਇਆ ਤੁਸੀਂ ਅੱਛਾ ਜੀ ਹਾਂ ਜੀ ਹੰਦੀ ਪਾਇਆ ਉਹ ਮੈਂ ਹੁਣ ਰੱਖਿਆ ਸਾਈਡ ਤੇ ਉਧਰ ਮੈਂ ਪਾ ਲੈਂਦਾ ਹਾਂ ਕਦੀ ਕਿਤੇ ਤੇ ਇਹ ਜੈ ਜੀ ਬਾਬਾ ਜੀ ਸਿੱਖਾਂ ਨੂੰ ਪਾਣਾ ਹਾਂ ਜੀ ਹਾਂ ਹਾਂ ਜੀ ਭਾਜੀ ਜੈ ਜੀ ਹੈ ਜੀ ਇਹ ਇਹ ਵੀ ਤੇ ਕਿਸੇ ਦੀ ਜੀਵਤਿਆ ਨਹੀਂ ਹੋਈ ਉਹਨੂੰ ਮਾਰ ਕੇ ਤਾਂ ਨਾ ਕੱਢ ਕੇ ਗੱਲ ਚ ਪਾਣਾ ਨਹੀਂ ਜੀਵ ਹੱਤਿਆ ਵਾਲੀ ਗੱਲ ਦਾ ਇਹ ਜਿਹੜਾ ਸ਼ਿਕਾਰ ਕਿਸੇ ਨੇ ਜਾਂ ਮਰਿਆ ਹੋਵੇ ਜਾਂ ਸ਼ਿਕਾਰ ਕੀਤਾ ਹੋਵੇ ਸਾਨੂੰ ਤੇ ਅੱਗੇ ਵਿਕਦਾ ਹੈ ਨਾ ਅਸੀਂ ਮੰਗਵਾ ਲੈਨੇ ਆ ਸਾਨੂੰ ਅੱਗੇ ਦਾ ਨਹੀਂ ਪਤਾ ਇਹ ਕੀ ਕਰਦੇ ਆ ਜਾਂ ਸ਼ਿਕਾਰ ਕਰਦੇ ਆ ਪਰ ਮੈਂ ਇਹ ਤੁਹਾਨੂੰ ਇਹਦਾ ਮੁੱਲ ਦੱਸ ਦਿੰਨਾ ਆ ਕਿਉਂਕਿ ਜੋ ਸਿੰਘਾਂ ਦਾ ਹਮੇਸ਼ਾ ਇਹ ਕੰਮ ਰਿਆ ਵੀ ਸ਼ਿਕਾਰ ਕਰਕੇ ਹਨਾ ਆਪਣੇ ਸਿਰ ਤੇ ਕੋਈ ਮਤਲਬ ਚੇਨ ਲਾਉਣਾ ਜਾਂ ਕੋਈ ਦੰਦ ਲਾਉਣਾ ਜਾਂ ਸ਼ੇਰ ਦੀ ਨੰਦਰ ਲਾਉਣੀ ਹਨਾ ਆਪਣੇ ਗਲ 'ਚ ਪਾਉਣੀ ਇਹ ਸ਼ਿੰਗਾਰ ਆ ਸਿੰਘਾਂ ਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਕਿਉਂ ਪਹਿਲਾਂ ਮੁਸਲਮਾਨ ਜਦੋਂ ਮਰ ਜਾਂਦੇ ਸੀ ਸਿੱਖ ਸ਼ਹੀਦ ਹੋ ਜਾਂਦੇ ਸੀਗੇ ਹਨਾ ਉਹ ਡਿੱਗੇ ਹੁੰਦੇ ਸੀਗੇ ਜਦੋਂ ਧਰਤੀ ਤੇ ਤੇ ਉਹਨਾਂ ਨੂੰ ਨਾ ਪੈਰ ਮਾਰ-ਮਾਰ ਕੇ ਛਾਤੀਆਂ ਤੇ ਬਾਹਾਂਾਂ ਤੇ ਸਿਰਾਂ ਤੇ ਪੈਰ ਮਾਰ ਕੇ ਚੈੱਕ ਕਰਦੇ ਸੀ ਵੀ ਇਹ ਜੀਦੇ ਆ ਕਿ ਨਹੀਂ ਤਾਂ ਫੇ ਉਹ ਸੂਰਤੋਂ ਤੁਹਾਨੂੰ ਪਤਾ ਵੀ ਮੁਸਲਮਾਨ ਇਨਸਾਨ ਦੂਰ ਰਹਿੰਦੇ ਆ ਹਨਾ ਜਿਹੜੇ ਜੰਗ ਮੁਗਲ ਜੰਗ ਲੜਦੇ ਸੀਗੇ ਜੋ ਆਪਣੇ ਸਿਰ ਤੇ ਨੋ ਲਾ ਲੈਂਦੇ ਸੀਗੇ ਤੇ ਉਹਦੇ ਕਰਕੇ ਫਿਰ ਮੁਸਲਮਾਨ ਸਿਰ ਤੇ ਪੈਰ ਨਹੀਂ ਸੀ ਮਾਰਦੇ ਤਾਂ ਕਰਕੇ ਇਹ ਦੰਦ ਗਿਣਿਆ ਜਾਂਦਾ ਤੇ ਸਿੰਘ ਹੁਣ ਚਲੋ ਗਲਾਂ ਚ ਪਾਉਣ ਲੱਗ ਪਏ ਪਹਿਲਾਂ ਦਮਾਲੇ ਚ ਲਾਉਂਦੇ ਸੀਗੇ ਅੱਛਾ ਠੀਕ ਠੀਕ ਇਹ ਚੀਜ਼ ਦਾ ਫਰਕ ਹੈ ਇੱਕ ਬਾਬਾ ਜੀ ਮੈਨੂੰ ਗੱਲ ਦੱਸਿਓ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਸਾਰਾ ਪੜਿਆ ਹੈ ਨਾ ਸਾਡੇ ਮੁੰਡੇ ਚ ਇੱਕ ਬੜੀ ਡਾਊਟ ਹੈ ਕਿ ਅਸੀਂ ਟੈਟੂ ਬਣਾ ਸਕਦੇ ਆ ਸਿੱਖ ਨਹੀਂ ਭਾਜੀ ਟੈਟੂ ਨਹੀਂ ਬਣਾ ਸਕਦੇ ਅਛਾ ਸਿੱਖ ਟੈਟੂ ਨਹੀਂ ਬਣਾ ਸਕਦਾ ਨਹੀਂ ਸਿੱਖ ਟੈਟੂ ਨਹੀਂ ਬਣਾ ਸਕਦੇ ਪਰ ਸਰੀਰਕ ਪੱਖੋਂ ਮੈਂ ਤੁਹਾਨੂੰ ਮੈਨੂੰ ਇਹ ਨਹੀਂ ਪਤਾ ਵੀ ਸਿੱਖ ਟੈਟੂ ਨਹੀਂ ਬਣਾ ਸਕਦੇ ਪਰ ਜਿਹੜੀ ਮੈਂ ਤੁਹਾਨੂੰ ਗੱਲ ਕਰਨ ਲੱਗਾ ਵੀ ਕੋਈ ਨਾ ਕੋਈ ਫਾਲਟ ਪੈ ਸਕਦਾ ਸੂਈ ਦੇ ਨੱਕ ਕਰਕੇ ਆਪਣੇ ਸਰੀਰ ਤੇ ਕੀ ਪਤਾ ਹੋਵੇ ਉਹ ਸੂਈ ਕਰਕੇ ਆਪਾਂ ਨੂੰ ਮੌਤ ਛੇਤੀ ਆ ਜੇ ਜਾਂ ਕੋਈ ਬਿਮਾਰੀ ਲੱਗ ਜੇ ਉਹ ਸਹੀ ਨਹੀਂ ਹੈਗੀ ਹੁਣ ਕਹਿੰਦੇ ਵੀ ਟੈਸਟ ਕੋਈ ਕਰਦਾ ਆ ਕੋਈ ਮਤਲਬ ਸਕੈਨ ਕਰਦਾ ਆ ਸ਼ਾਇਦ ਉਹਦੇ ਕਰਕੇ ਉਹ ਰੋਕਣ ਲੱਗ ਪਏ ਆ ਤੇ ਟੈਟੂ ਵਾਲੇ ਭਰਾ ਟੈਟੂ ਵਾਲੇ ਭਰਾ ਕਹਿਣਗੇ ਵੀ ਬਾਬਾ ਇਦਾਂ ਕਹਿ ਰਿਹਾ ਵਾ ਪਰ ਫੇਰ ਵੀ ਮੈਂ ਸੋਚਦਾ ਵੀ ਟੈਟੂ ਨਹੀਂ ਮੈਨੂੰ ਮੈਂ ਤਾਂ ਬਣਾਇਆ ਨਹੀਂ ਆ ਤੇ ਨਹੀਂ ਬਣਾਉਣਾ ਚਾਹੀਦਾ ਮੈਂ ਕਹਿਣਾ ਵੀ ਸਾਰੀ ਉਮਰ ਉਹ ਰਹਿ ਜਾਂਦਾ ਆ ਹਨਾ ਉਹ ਕਿਸੇ ਸਾਡੇ ਵੀਰ ਸਾਡੇ ਵੀਰ ਨੇ ਨਾਲ ਦੇ ਨੇ ਇੱਥੇ ਸ਼ੇਰ ਬਣਾਇਆ ਉਹ ਇਦਾਂ ਲੱਗਦਾ ਉਹਦਾ ਰੰਗ ਕਾਲਾ ਹੱਥ ਦਾ ਜਿੱਦਾਂ ਚੈਂ ਦੀ ਗਰੀਸ ਲੱਗੀ ਹੁੰਦੀ ਆ ਮੇਰਾ ਵੀ ਹੈ ਬਿੱਲੀ ਬਣ ਗਈ ਹੁਣ ਤੇ ਮੇਰੇ ਵੀ ਸ਼ੇਰ ਬਣਾਇਆ ਤੇਰਾ ਇਹ ਬੜਾ ਪੁਰਾਣਾ ਬਣਾਇਆ ਮੈਂ 2006 ਦਾ ਬਣਾਇਆ ਉਸਤਾਦ ਜੀ 2006 ਦਾ ਅੱਛਾ ਹੀ 20 18 ਵੈਸੇ ਆਪਣੀ ਆਪਣੀ ਪਸੰਦ ਹੈ ਕੋਈ ਟੈਟੂ ਬਣਾਵੇ ਨਾ ਬਣਾਵੇ ਪਰ ਮੇਰੀ ਰੁਚੀ ਇਹ ਆ ਵੀ ਨਾਰਮਲ ਸਿੰਘ ਨੂੰ ਨਾਰਮਲ ਰਹਿਣਾ ਚਾਹੀਦਾ ਹੈ ਮੈਂ ਕੱਲ ਪਰਸੋਂ ਇੱਥੇ ਬੈਠਾ ਹੀ ਬਾਰਤੇ ਤੇ 커피 ਪੀਂ ਰਿਹਾ ਸੀ ਤੇ ਉੱਥੇ ਨਾ ਮੁੰਡਾ ਆਇਆ ਮੇਰੇ ਦੋਸਤ ਹੀ ਤੇ ਉਹ ਮੈਨੂੰ ਕਹਿੰਦਾ ਹੈ ਵੀ ਸਾਡੇ ਮੈਂ ਉਹਨੇ ਨਾ ਟੈਟੂ ਬਣਾਇਆ ਇੱਥੇ ਮੈਂ ਕਿਹਾ ਤੁਹਾਡੇ ਮੁਸਲਮਾਨਾਂ ਚ ਤੇ ਟੈਟੂ ਹਰਾਮ ਹੈ ਤੁਸੀਂ ਬਣਾ ਨਹੀਂ ਸਕਦੇ ਤੇ ਮੈਨੂੰ ਕਹਿੰਦਾ ਤੁਹਾਡੇ ਸਰਦਾਰਾਂ ਚ ਵੀ ਤੇ ਹਰਾਮ ਹੈ ਮੈਂ ਕਿਹਾ ਮੈਂ ਤੇਦਾ ਦੀ ਕੋਈ ਗੱਲ ਸੁਣੀ ਨਹੀਂ ਅੱਜ ਤੱਕ ਕਿ ਸਾਡੇ ਸਰਦਾਰਾਂ ਚ ਹਰਾਮ ਹੈ ਮੈਂ ਤਾਂ ਤੁਹਾਡੇ ਕੋਲ ਪੁੱਛਿਆ ਸੀ ਕਿਉਂਕਿ ਇਸਲਾਮ ਚ ਹਰਾਮ ਹੈ ਟੈਟੂ ਨਾ ਇਸ ਕਰਕੇ ਨਹੀਂ ਦਰਬਾਰ ਦਰਬਾਰ ਵਿੱਚ ਸੈਂਟਰ ਲਾ ਕੇ ਵੀ ਨਹੀਂ ਜਾਣਾ ਭਾਜੀ ਉਹ ਕਿਉਂ ਦਰਬਾਰ ਚ ਜਾਣਾ ਨਾ ਭਾਜੀ ਉਹ ਸਾਡੇ ਮੂਰੇ ਏਡਾ ਵੱਡਾ ਰਾਜਾ ਬੈਠਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਉਹਦੇ ਮੂਰੇ ਟੌਰ ਕੱਢ ਕੇ ਜਾ ਰਹੇ ਹਾਂ ਉਹਦੀ ਸ਼ਾਨ ਚ ਤੇ ਫਰਕ ਪੈਂਦਾ ਨਾ ਮੈਂ ਕਿ ਸ਼ਾਇਦ ਕੋਈ ਹੋਰ ਸੜੀਆਂ ਨਹੀਂ ਹੋਰ ਵਜ੍ਹਾ ਹੈ ਕਿਉਂਕਿ ਕਈ ਕਹਿੰਦੇ ਨਹੀਂ ਐਪੀ ਸੈਂਟਰ ਲਾਓ ਤੇ ਉਹ ਉਹ ਭੂਤ ਪਾਤਾ ਚਮੜ ਜਾਂਦੇ ਨੇ ਨਹੀਂ ਨਹੀਂ ਉਹ ਨਹੀਂ ਭਈ ਮਤਲਬ ਕਿ ਨਾ ਦਰਬਾਰ ਚ ਸਾਡੇ ਰਾਜਾ ਨੇ ਸਾਡਾ ਰਾਜਾ ਬੈਠਾ ਦਰਬਾਰ ਚ ਅਸੀਂ ਉਹਦੀ ਪ੍ਰਜਾ ਵਾਂ ਗੁਰੂ ਗ੍ਰੰਥ ਸਾਹਿਬਾਰੇ ਤੇ ਅਸੀਂ ਉਹਦੇ ਮੋਰੇ ਧੌਣ ਚ ਸੜੀਆਂ ਥੋੜੋ ਲੈ ਕੇ ਜਾਣਾ ਅਸੀਂ ਤੇ ਨਿਮਕੇ ਜਾਣਾ ਕਿ ਸਾਡਾ ਰਾਜਾ ਆ ਸਾਡਾ ਭਗਵਾਨ ਹੈ ਸਾਡਾ ਈਸ਼ਟ ਹੈ ਤੁਸੀਂ ਬਾਬਾ ਜੀ ਜਿੱਦੂ ਕੀਰਤਨ ਕਰਦੇ ਹੋ ਹਨ ਕਿਸੇ ਦੇ ਘਰ ਜਾ ਕੇ ਭੋਗਤੇ ਵਿਆਹ ਸ਼ਾਦੀ ਤੇ ਕੀਰਤਨ ਕਰਦੇ ਹੋ ਉਦੋਂ ਜਿਹੜੇ ਲੋਕ ਹੁੰਦੇ ਨੇ ਮੱਥਾ ਟੇਕਣ ਆਉਂਦੇ ਨੇ ਉੱਠ ਕੇ ਉਹ ਹਾਂਜੀ ਤੁਨੂੰ ਗਲੇ નોਟੀ ਕਿਉਂ ਦਿੰਦੇ ਨੇ ਫਟੇ નોਟੀ ਕਿਉਂ ਰੱਖਦੇ ਨੇ ਉੱਥੇ ਭਾਜੀ ਸਾਡੀ ਰਿਸਪੈਕਟ ਹੀ ਇੰਨੀ ਕੀ ਆ ਦੁਨੀਆ 'ਚ ਸਾਡੀ ਇੱਜ਼ਤ ਹੀ ਇੰਨੀ ਕਾ ਬਈ ਯਾਰ ਵੈਸੇ ਅਸੀਂ ਵੀ ਕਰੀਦਾ ਹੈ ਸਾਡੇ ਪਰਿਵਾਰਾਂ 'ਚ ਵੀ ਇਹੀ ਕੰਮ ਹੁੰਦੇ ਨੇ ਪਰ ਇਹ ਗੱਲ ਮਾੜੀ ਹੈ ਨਹੀਂ ਕਰਨਾ ਚਾਹੀਦਾ ਇਹਦਾ ਬੈਂਕ ਚ ਜਾ ਕੇ ਤੂੰ ਚੈੱਕ ਕਰਾ ਲੋ ਕਿਤੇ ਹੋਰ ਵੀ ਉਹ ਵੀ ਵਿਚਾਰਾ ਇਹ ਪਾਜੀ ਇਹ ਗੱਲ ਚੰਗੀ ਇਹ ਗੱਲ ਚੰਗੀ ਆ ਜੀ ਅੱਛਾ ਹਾਂ ਪਾਜੀ ਪੁੱਛੋ ਕਿਉਂ ਚੰਗੀ ਹੈ ਸਾਨੂੰ ਸਾਡੀ ਔਕਾਤ ਪਤਾ ਲੱਗਦੀ ਸਾਡੀ ਔਕਾਤ ਕੀ ਆ ਦੁਨੀਆ ਸਾਨੂੰ ਕਿਦਾਂ ਟ੍ਰੀਟ ਕਰਦੀ ਆ ਪਾਜੀ ਇਹ 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 ਵੈਸੇ ਚਲੋ ਆਪਾਂ ਸਰਕਾਰਾਂ ਤੇ ਵੀ ਦੋਸ਼ ਦੇਈ ਜਾਂਦੇ ਆ ਕਿ ਉਹਨਾਂ ਨੇ ਸਾਡੇ ਰਾਗੀ ਸਿੰਘ ਨਹੀਂ ਸਾਂਭੇ ਪਾਠੀ ਸਿੰਘ ਨਹੀਂ ਸਾਂਭੇ ਸਰਕਾਰਾਂ ਦਾ ਵੀ ਦੋਸ਼ ਹੈ ਪਰ ਕਿਤੇ ਨ ਕਿਤੇ ਲੋਕਾਂ ਦਾ ਵੀ ਦੋਸ਼ ਹੈ ਨਾ ਵੀ ਜਿਹੜੇ ਤੁਹਾਨੂੰ ਬੁਲਾਉਂਦੇ ਨੇ ਤੇ ਉਹ ਵੇਖੋ ਡੀਜੇ ਵਾਲਿਆਂ ਨੂੰ ਹੋਰਾਂ ਨੂੰ ਲੱਖ ਲੱਖ ਰੁਪਈਆ 80000 ਰੁਪਏ ਦੇ ਦਿੰਦੇ ਨੇ ਸਿੰਗਰਾਂ ਨੂੰ 4 4 5 ਲੱਖ ਰੁਪਈਆ ਤੇ ਜਿਹੜਾ ਸਾਡਾ ਅਸਲ ਜਿਹੜਾ ਸੱਚ ਹੈ ਜਿਹਨੇ ਸਾਨੂੰ ਸੱਚ ਸੁਣਾ ਕੇ ਜਾਣਾ ਹੈ ਉਹਨੂੰ ਅਸੀਂ ਕੋਈ 500 200 300 ਇਹ ਲੋਕਾਂ ਦਾ ਵੀ ਕਸੂਰ ਨਹੀਂ ਹੈ ਨਹੀਂ ਪਾਜੀ ਹੁਣ ਬੀਬੀਆਂ ਨੇ 30 3000 ਦਾ ਸੂਟ ਪਾਇਆ ਹੁੰਦਾ ਹਾਂ ਅਸੀਂ ਕਿਸੇ ਦੇ ਘਰ ਹਾਜ਼ਰੀ ਭਰਨ ਗਏ ਅਸੀਂ ਕਿਸੇ ਦੇ ਘਰ ਹਾਜ਼ਰੀ ਭਰਨ ਗਏ ਤੇ ਉਹ ਬੈਸਣ ਦੇ ਸਾਡੇ ਨਾਲ 3100 ਤੇ ਅੱਛਾ 3100 ਰੁਪਏ ਦੇ ਬੈਸਣ ਦੇ ਹੈ ਨਾ ਤੇ ਉਹ ਫੇ ਪਾਜੀ ਚੰਗਾ ਲੱਗਦਾ ਦੱਸੋ ਆਪ ਤੁਸੀਂ ਇੰਨਾ ਟੌਰ ਕੱਢਿਆ ਤੇ ਰਾਗੀਆਂ ਵਰੀ ਤੁਸੀਂ ਮਾਰੀ ਜਾਂਦੇ ਆ ਇਦਾਂ ਨਹੀਂ ਚਾਹੀਦਾ ਮੇਰਾ ਨਾ ਅਸਲ 'ਚ ਪੋਡਕਾਸਟ ਕਰਨ ਦਾ ਮਕਸਦ ਵੀ ਇਹੀ ਏ ਕਿ ਲੋਕਾਂ ਨੂੰ ਜਾਗਰੂਕ ਕਰਨਾ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋ ਥਾਣਾ ਨਾਲ ਵੱਜਦੀ ਏ ਮਤਲਬ ਕਿ ਜੇ ਉਹ ਸਰਕਾਰਾਂ ਨੇ ਕੁਝ ਕਰ ਰਹੀ ਆ ਅਸੀਂ ਕੰਮ ਸੇ ਕੰਮ ਕੁਝ ਕਰ ਲਈਏ ਵੀ ਜਦੋਂ ਸਾਡੇ ਘਰ ਕੋਈ ਪ੍ਰੋਗਰਾਮ ਆਇਆ ਹੁੰਦਾ ਚਲੋ ਅਸੀਂ ਖੁਸ਼ੀ ਨਾਲ ਦੇ ਦਿਆ ਕਰੀਏ ਯਾਰ ਬਾਬਾ ਜੀ ਤੁਸੀਂ ਇੱਕ ਹੋਰ ਗੱਲ ਕੀਤੀ ਸੀ ਕਿ ਮੇਰਾ ਤਲਾਕ ਵੀ ਕੀਰਤਨ ਕਰਕੇ ਹੋਇਆ ਚਲੋ ਕੀਰਤਨ ਕਰਕੇ ਤੇ ਨਹੀਂ ਸਿਸਟਮ ਕਰਕੇ ਹੋਇਆ ਹਾਲਾਤ ਇਦਾਂ ਦੇ ਸੀ ਹੈਨਾ ਤੇ ਉਹ ਉਹ ਮਤਲਬ ਕਿਉਂ ਹੈ ਤਲਾਕ ਕਿਉਂ ਭਬੀ ਜੀ ਤੁਹਾਨੂੰ ਛੱਡ ਕੇ ਚੱਲ ਗਏ ਤੁਸੀਂ ਕਿਤੇ ਉਹਨਾਂ ਸਾਹਮਣੇ ਆ ਨਹੀਂ ਕਰਦੇ ਸੀ ਰਾਤ ਨੂੰ ਉਹ ਬਸ ਇਹੀ ਗੱਲ ਜੀ ਉਹ ਕਾਰੋਬਾਰ ਹੈ ਨਹੀਂ ਸੀ ਮੈਂ Zomato ਕਰੀ ਜਾਂਦਾ ਸੀਗਾ ਤੇ ਕੀਰਤਨ ਦਾ ਕੋਈ ਮੁੱਲ ਪੈ ਨਹੀਂ ਸੀ ਰਿਆ ਹਨਾ ਸਾਨੂੰ ਕੋਈ ਪੁੱਛ ਗਿਆ ਸੀ ਨਹੀਂ ਸੀ ਕਿ ਸਾਡੀ ਮਿਹਨਤ ਕੀਤੀ ਦਾ ਕੋਈ ਮੁੱਲ ਨਹੀਂ ਸੀ ਪੈ ਰਿਆ ਉਹ ਕੀ ਫੇਰ ਮੈਂ ਦੁਬਾਰਾ ਇਹ ਗੱਲ ਕਹਿ ਦੇਣਾ ਕੀਰਤਨ ਨੂੰ ਲੈ ਕੇ ਇਹ ਗੱਲ ਨਾ ਸੋਚਿਓ ਜਿਹੜੀ ਅਸੀਂ ਮਿਹਨਤ ਕੀਤੀ ਸੀ ਉਹਦਾ ਮੁੱਲ ਨਹੀਂ ਸੀ ਪੈ ਰਿਆ ਹੂੰ ਹੂੰ ਜਿਹੜੀ ਅਸੀਂ ਮਿਹਨਤ ਕੀਤੀ ਸੀ ਅਸੀਂ ਕੀਰਤਨ ਪੱਖੋਂ ਨਹੀਂ ਕਹਿ ਰਹੇ ਗਵਈਏ ਦਾ ਕੋਈ ਧਰਮ ਨਹੀਂ ਹੁੰਦਾ ਹੁਣ ਭਾਜੀ ਚਲੋ ਮੈਂ ਉਹ ਗੱਲ ਇਹ ਅੱਗੇ ਲੈ ਕੇ ਆਉਂਗਾ ਮੈਂ ਛੋਟੀ ਜੀ ਇੱਕ ਗੱਲ ਕਰ ਦੇਣ ਲੱਗਾ ਵੀ ਗਵਈਏ ਦਾ ਕੋਈ ਧਰਮ ਨਹੀਂ ਹੁੰਦਾ ਹੁਣ ਪੰਡਤ ਬਿਮਾਰ ਹੋ ਜੇ ਤੇ ਮੈਂ ਲੰਗਦਾ ਪਿਆਵਾਂ ਹਨਾ ਤੇ ਉਹ ਮੈਨੂੰ ਕਹਿ ਸਕਦਾ ਬਾਬਾ ਸਾਡੇ ਘਰੇ ਹਨੂਮਾਨ ਚਲੀਸਾ ਪੜਾਈ ਤੇ ਮੈਂ ਕਹਿ ਸਕਦਾ ਹਨੂ ਜੈ ਹਨੂਮਾਨ ਗਿਆਨ ਗੁਣ ਸਾਗਰ ਜੈ ਕਪੀ ਤੇ ਉਹ ਲੋਕ ਜੀ ਰਾਮ ਦੂਤਾ ਤੁਲਿਤ ਬਲਦਾਮ ਜਿਹਨੇ ਪੁੱਤਰ ਪਵਨਸੁਤ ਨਾਮਾ ਮਹਾਬੀਰ ਵਿਕਰਮ ਬਜਰੰਗੀ ਕੁਮਿਤ ਨੂ ਮਾਰ ਸੁਮਤਿ ਕੇ ਸੰਗੀ ਕੰਚਨ ਬਰਨ ਸੁਬਾਰਸ ਬੇਸਾ ਕਾਨ ਮੈਂ ਪੜ ਸਕਦਾ ਠੀਕ ਹੈ ਬਾਜੀ ਇਹ ਇਹ ਗਵਈਏ ਦਾ ਕੋਈ ਧਰਮ ਨਹੀਂ ਹੈਗਾ ਇਕੱਲੇ ਕੀਰਤਨ ਪੱਖੋਂ ਨਾ ਮੈਨੂੰ ਦੇਖੋ ਮੈਂ ਅੱਲਾ ਮੁਹੰਮਦ ਚਾਰਿਆਰ ਹਾਜੀ ਖਵਾਜਾ ਕਤਬ ਫਦੀਲ ਅੱਲਾ ਹਨਾ ਕੱਲੇ ਉਸ ਚੀਜ਼ ਨੂੰ ਨਾ ਦੇਖੋ ਹਰ ਇੱਕ ਚੀਜ਼ ਪੱਕੋ ਲਓ ਧਰਮ ਹਰ ਇੱਕ ਆਪਣੀ ਜਗ੍ਹਾ ਤੇ ਆ ਠੀਕ ਹੈ ਜੇ ਡਿਵੋਰਸ ਹੋਇਆ ਮੇਰਾ ਤੇ ਭਾਜੀ ਉਹ ਮੇਰੀ ਗਰੀਬੀ ਕਰਕੇ ਹੋਇਆ ਆ ਉਹ ਮੇਰੇ ਕੋਲ ਕੁਝ ਨਹੀਂ ਜੀ ਉਹ ਅੰਮ੍ਰਿਤ ਨਹੀਂ ਸੀ ਸਕਣਾ ਚਾਹੁੰਦੇ ਸਾਡਾ ਪਰਿਵਾਰ ਸਾਰਾ ਕਟੜਿਆ ਨਾ ਸਾਡੇ ਘਰ ਬਿਨਾ ਗੁਰਬਾਣੀ ਤੋਂ ਹੁਣ ਮੈਂ ਸਵੇਰੇ ਜਦੋਂ ਅਸੀਂ ਚਲੋ ਅਸੀਂ ਲੇਟ ਆਉਨੇ ਆ ਮੇਰੇ ਮਾਤਾ ਜੀ ਸਵੇਰੇ 3 ਵਜੇ ਉੱਠਦੇ ਆ ਉਹ ਉਹਨਾਂ ਨੇ ਆਪਣਾ ਨਿਯਮ ਰੱਖਿਆ ਦਿਵਾਲੀ ਤੇ ਆਪਾਂ ਜਿਹੜੂ ਸਾਹਿਬ ਨਹੀਂ ਜਾ ਸਕਦੇ ਬਾਂਦਾ ਜੀ ਸਾਡੇ ਕੋਲ ਪੈਸੇ ਨਹੀਂ ਸੀ ਹਨਾ ਤੇ ਉਹ ਇੱਥੇ 파ਟ ਰੱਖ ਲੈਂਦੇ ਆ ਤੇ ਉਹ ਆਪਣਾ ਚਲੀਆ ਘਟਦੇ ਆ ਵਧੀਆ ਆਪਣਾ ਘਰ-ਬਾਰ ਦਾ ਦੇਖਰੇਖ ਕਰਦੇ ਆ ਪਰ ਜਿਹੜਾ ਸਾਡਾ ਮੇਰਾ ਡਿਵੋਰਸ ਹੋਇਆ ਉਹ ਸਿਰਫ ਐਸੇ ਕਰਕੇ ਹੋਇਆ ਉਹਨਾਂ ਨੇ ਅਮਰਤ ਨਹੀਂ ਸੀ ਸਕਣਾ ਉਹ ਕਿਸੇ ਬਾਬੇ ਦੇ ਲੜ ਲੱਗੇ ਹੋਏ ਸੀ ਮੇਰੇ ਘਰ ਵਿੱਚ ਵਧੀਆ ਖੁਰਾਕ ਨਹੀਂ ਸੀ ਪੈਦੀ ਮੈਂ ਉਹਨਾਂ ਨੂੰ ਗਿਫਟ ਨਹੀਂ ਸੀ ਦੇ ਰਿਆ ਸੂਟ ਲੈ ਕੇ ਨਹੀਂ ਸੀ ਦੇ ਪਾਰਿਆ ਕਿਤੇ ਖਮਾਫਰ ਨਹੀਂ ਸੀ ਰਿਆ ਬਸ ਮੇਰੀ ਇੱਕ ਗਰੀਬੀ ਕਰਕੇ ਮੇਰਾ ਡਿਵੋਰਸ ਹੋਇਆ ਜੀ ਮਤਲਬ ਕਿ ਵੱਡੇ ਖਿਆਲਤ ਸੀ ਉਹਨਾਂ ਦੇ ਹੈ ਹਾਂ ਜੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਬਾਕੀ ਦੇਖੋ ਜੇ ਮੈਂ ਮਾਰਦਾ ਕੁੱਟਦਾ ਹੁੰਦਾ ਜਾਂ ਮੈਂ ਸ਼ਰਾਬ ਪੀਂਦਾ ਹੁੰਦਾ ਜਾਂ ਮਾੜਾ ਕੰਮ ਕੋਈ ਕਰਦਾ ਹੁੰਦਾ ਤੇ ਫਿਰ ਬੱਚੇ ਦਾ ਕੀ ਕਸੂਰ ਸੀ ਉਹ ਬੱਚੇ ਨੂੰ ਨਾਲ ਰੱਖਦੇ ਮਾਂ ਤੇ ਆਪਣੇ ਬੱਚੇ ਨੂੰ ਛੱਡਦੀ ਨਹੀਂ ਭਾਜੀ ਤੇ ਤੇ ਉਹਨਾਂ ਨੂੰ ਉਹ ਉਹਨਾਂ ਨੇ ਕਦੀ ਨਹੀਂ ਫਾਈਟ ਕੀਤਾ ਕਿ ਮੈਨੂੰ ਮੇਰਾ ਪੁੱਤਰ ਦੇਵੋ ਨਹੀਂ ਭਾਜੀ ਉਹਨਾਂ ਨੇ ਪੇਪਰਾਂ 'ਚ ਲਿਖਾਤਾ ਵੀ ਮੈਂ ਦੇਖਾਂ ਜੇ ਮੈਂ ਏਦਾਂ ਅਚਾਨਕ ਵੀ ਦੇਖ ਲਵਾਂ ਤੇ ਮੈਨੂੰ ਸਜ਼ਾ ਹੋ ਜਾਵੇ ਅੱਛਾ ਆਂ ਦੀਆਂ ਜੂ ਪਾਜੀ ਹਾਂ ਤੇ ਇਹ 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 ਨੂੰ ਯਾਦ ਨਹੀਂ ਆਂਦੀ ਨਹੀਂ ਕਿ ਇਹ ਨੂੰ ਆਪਣੀ ਮੰਮੀ ਨਹੀਂ ਪਾਜੀ ਇਹ 23 ਮੇਰੇ ਨਾਲ ਕਰਦਾ ਸੀ ਜਿਆਦਾ ਕਿਉਂਕਿ ਜੂ ਫਿਰ ਇਹਨੂੰ ਇਹਨੂੰ ਉੱਥੇ ਇਹਨੇ ਆਪਣੇ ਮਨ 'ਚ ਰੱਖਿਆ ਥੋੜਾ ਥੋੜਾ ਬੋਲਦਾ ਸੀ ਇਹ ਕਹਿੰਦਾ ਵੀ ਮੈਨੂੰ ਮੋਟਰਸਾਈਕਲ ਤੇ ਨਹੀਂ ਵਹਿਣ ਦਿੱਤਾ ਤੇ ਫਿਰ ਮੈਂ ਕੀ ਕੀਤਾ ਮੈਂ ਆਪਣੀ ਸਕੂਟੀ ਮੇਰੇ ਕੋ ਲੂਨਾ ਨਹੀਂ ਹੁੰਦੀ ਲੂਨਾ ਮੈਂ ਜੁਮੈਂਟੋ ਕਰਦਾ ਹੁੰਦਾ ਸੀ ਉੱਤੇ ਫਿਰ ਮੈਂ ਲੂਨਾ ਵੇਚ ਕੇ ਓਖਾ ਸੁਖਾ ਹੋ ਕੇ ਥੋੜੇ ਪੈਸੇ ਇਕੱਠੇ ਕਰਕੇ ਮੋਟਰਸਾਈਕਲ ਲਿਆ ਮੈਨੂੰ ਚਾਬੀ ਦਿੱਤੀ ਮੈਂ ਕਹਾਂ ਲੈ ਲੈ ਨਾਨਕਿਆ ਨੇ ਨਹੀਂ ਵਹਿਣ ਦਿੱਤਾ ਮੈਂ ਕਹਾਂ ਤੇਰਾ ਮੋਟਰਸਾਈਕਲ ਤੂੰ ਜਾ ਰਹੀ ਲੈ ਪਰ ਬੱਚਿਆਂ ਨੂੰ ਮੋਟਰਸਾਈਕਲ ਦੇਣਾ ਚਲੋ ਉੱਤੇ ਝੂਟਾ ਛਟਾ ਦੇ ਦੇਣਾ ਤੇ ਠੀਕ ਹੈ ਪਰ ਤੂੰ ਉਹਨੂੰ ਉਧਰਤ ਨਹੀਂ ਦਿੰਦੇ ਚਾਬੀ ਵੀ ਆ ਜਾ ਝੂਟੇ ਲੈ ਉਹ ਤੇ ਵਿਚਾਰਾ ਨਹੀਂ ਕਾ ਜਾ ਨਹੀਂ ਉਹ ਤੇ ਉਹ ਤਾਂ ਬਹੁਤ ਛੋਟਾ ਆ ਮਤਲਬ ਕਹਿਣ ਦਾ ਵੀ ਉਹਦੇ ਇੱਕ ਮਨ ਚ ਚੀਜ਼ ਬਿਠਾਈ ਵੀ ਇਹ ਮੋਟਰਸਾਈਕਲ ਤੇਰਾ ਆ ਵੀ ਤੂੰ ਲੈ ਨਾ ਜਾ ਲੈ ਨਹੀਂ ਨਹੀਂ ਠੀਕ ਇਹ ਉਹਦੇ ਮਨ ਚ ਚੀਜ਼ ਬਿਠਾਈ ਉਹਨੂੰ ਉੱਥੇ ਉਹਨੂੰ ਡੀਮੋਟੀਵੇਟ ਕੀਤਾ ਗਿਆ ਨਾ ਤੂੰ ਉਹ ਚੀਜ਼ ਨੂੰ ਹੱਥ ਨਾਲ ਆ ਤੂੰ ਉੱਥੇ ਨਾ ਜਾ ਹਨਾ ਵੀ ਉਹ ਬਿਠਾਉਂਦੇ ਨਹੀਂ ਸੀ ਹੁੰਦੇ ਤੋੜ ਕੇ ਵਿਚਾਰੇ ਨੂੰ ਲੈ ਜਾਣਾ ਜਾਂ ਕੁਝ ਵੀ ਇਦਾਂ ਨਹੀਂ ਨਹੀਂ ਮੁੰਡਾ ਤੁਹਾਡਾ ਬਾਬਾ ਜੀ ਬੜਾ ਸੋਹਣਾ ਹੈ ਤੇ ਬਾਬਾ ਉਹਨਾਂ ਨੂੰ ਬੜੀਆਂ ਤਰੱਕੀਆਂ ਦਵੇ ਤੇ ਸਾਡੀ ਉਮਰ ਵੀ ਲੱਗ ਜਾ ਸਾਡੇ ਭਤੀਜ ਭਤੀਜੀਆਂ ਨੂੰ ਹਾਂਜੀ ਬਿਲਕੁਲ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਛਾ ਮਤਲਬ ਕਿ ਤੁਸੀਂ ਗੁਰਸੇਖ ਹੋ ਤੁਸੀਂ ਬਾਬੇ ਨਾਨਕ ਜੀ ਨੂੰ ਮੰਨ ਰਹੇ ਹੋ ਤੇ ਫਿਰ ਵੀ ਇੱਕ ਔਰਤ ਆਪਣੇ ਬੰਦੇ ਦਾ ਸਾਥ ਨਹੀਂ ਦੇ ਰਹੀ ਕਿਉਂਕਿ ਉਹ ਸੱਚ ਤੇ ਚੱਲ ਰਿਹਾ ਹੈ ਉਹ ਬਾਬੇ ਨੂੰ ਮੰਨ ਰਿਹਾ ਗੁਰੂ ਗੁਰੂ ਨੂੰ ਮੰਨ ਰਿਹਾ ਜੇ ਉਹ ਸੱਚ ਨੂੰ ਸੱਚ ਕਹਿ ਰਿਹਾ ਤੇ ਉਹ ਝੂਠਾ ਵਾਲਾ ਅੱਛਾ ਉਹ ਬਾਬੇ ਦੇ ਪਿੱਛੇ ਲੱਗ ਕੇ ਵੀ ਉਹਨੇ ਆਪਣਾ ਤਲਾਕ ਲੈ ਲਿਆ ਕਿ ਬਾਬੇ ਨੂੰ ਮੰਨਦੇ ਸੀ ਬਿਲਕੁਲ 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 ਭਾਜੀ ਉਹ ਭਾਜੀ ਉਹ ਬਾਬਾ ਇੱਕ ਦਰਸ਼ਨ ਦਾਸ ਸੀਗਾ ਅੱਛਾ ਤੁਹਾਨੂੰ ਮੈਂ ਦੱਸ ਦੇਣਾ ਚਾਹਨਾ ਸਾਰੀ ਗੱਲ ਉਹਨੂੰ 84 ਵਿੱਚ ਸਿੰਘਾਂ ਨੇ ਮਾਰਿਆ ਸੀ ਉਹ ਇੰਗਲੈਂਡ ਇੰਗਲੈਂਡ ਦਾ ਸੀਗਾ ਸਿੰਘ ਤੇ ਹੁਣ ਉਹ ਰਿਹਾਈ ਹੋ ਗਏ ਆ ਘੱਟੋ ਘੱਟ 40 45 ਸਾਲ ਬਾਅਦ ਉਹਨਾਂ ਦੀ ਰਿਹਾਈ ਹੋਈ ਆ ਤੇ ਉਹ ਬਾਬਾ ਬਹੁਤ ਤੜੀ ਨਾ ਕਹਿੰਦਾ ਹੁੰਦਾ ਸੀ ਕਹਿੰਦਾ ਮੇਰੀ ਛਾਤੀ ਜਿੱਨੀ ਗੋਲੀ ਮਾਰਨੀ ਕਿਉਂਕਿ ਜੂ ਬੁਲਟ ਪ੍ਰੂਫ ਜੈਕਟ ਪਾ ਕੇ ਬਹਿੰਦਾ ਸੀ ਤੇ ਫਿਰ ਉਹ ਮੱਥੇ 'ਚ ਗੋਲੀ ਮਾਰੀ ਸੀ ਅੱਛਾ 1984 ਚ ਉਹ ਅਸੀਂ ਆ ਹਾਂ ਇਹ ਸੱਚ ਮੈਂ ਆਪਣੀ ਵਾਈਫ ਨੂੰ ਦੱਸਿਆ ਤੇ ਇਥੋਂ ਫੇਰ ਗੱਲ ਸਾਰੀ ਖਰਾਬ ਹੋਣ ਲੱਗ ਪਈ ਸਾਡੇ ਘਰ ਦੀ ਫਿਰ ਉਹ ਕਹਿੰਦੇ ਤੁਹਾਡੇ ਕੋਲ ਕੁਝ ਹੈ ਨਹੀਂਗਾ ਤੇ ਤੁਹਾਨੂੰ ਪਤਾ ਹੀ ਆ ਫਿਰ ਕਿਉਂਕਿ ਜੂ ਹਰ ਇੱਕ ਘਰ 'ਚ ਨਾ ਬੀਬੀ ਨਾਜ਼ੁਕ ਦਿਲ ਦੀ ਹੁੰਦੀ ਆ ਉਹ ਬਾਬਾ ਪਤਾ ਨਹੀਂ ਐਸਾ ਕੀ ਦੱਸ ਦਿੰਦਾ ਦਿਖਾ ਦਿੰਦਾ ਆ ਹੈਨਾ ਵੀ ਸਾਡੇਰ ਦਾ ਬੰਦਾ ਹੀ ਕੋਈ ਤੂੰ ਖਾਦਾ ਕੁਛ ਨਹੀਂ ਨਾ ਤੇ ਦਿਮਾਗ ਹੀ ਮੋਟਾ ਐ ਮੈਨੂੰ ਆ ਬਾਬੇ ਦੀ ਗੱਲ ਤੂੰ ਯਾਦ ਆਇਆ ਵੇਖੋ ਬਾਬੇ ਜੀ ਦੀ ਘਰ ਵਾਲੀ ਨੇ ਸਾਥ ਨਹੀਂ ਦਿੱਤਾ ਇੱਕ ਪਖੰਡੀ ਕਰਕੇ ਸੱਚੇ ਬੰਦੇ ਦਾ ਹੈ ਮੈਂ ਮੈਂ ਇੱਕ ਮੈਂ ਤੈਨੂੰ ਕੱਲ ਵੀ ਗੱਲ ਦੱਸੀ ਏਰੇ ਮੈਂ ਕਿ ਕੁੜੀ ਨਾਲ ਪੋਡਕਾਸਟ ਕਰਨਾ ਸੀ ਉਹ ਮੈਂ ਕਰਤਾ ਗਰਦਾਸ ਮਾਨ ਨੂੰ ਰੋਸਟ ਉਹ ਕਹਿੰਦੀ ਮੈਂ ਤੇਰੇ ਸ਼ੋਅ ਤੇ ਨਹੀਂ ਆਉਣਾ ਮੈਂ ਕਿ ਕਿਉਂ ਹੋਇਆ ਤੂੰ ਸਾਡੇ ਗਰਦਾਸ ਮਾਨ ਨੂੰ ਰੋਸਟ ਕੀਤਾ ਉਹ ਸਭ ਬਾਬੇ ਤੇ ਜਾਂਦਾ ਸੀ ਉਹ ਮੈਂ ਕਹਿੰਦਾ ਸਿੱਖਾਂ ਦੀ ਕੁੜੀ ਹੋ ਕੇ ਤੂੰ ਪੰਜਾਬੀ ਹੋ ਕੇ ਪੰਜਾਬੀ ਬੰਦਾ ਜਿਹੜਾ ਇੱਕ ਦਸ ਰਿਹਾ ਵੀ ਪਖੰਡੀਆਂ ਵਾਲਾ ਜਾ ਤੂੰ ਪਖੰਡੀ ਦੇ ਸਾਥ ਤੇਰੀ ਜਾ ਮੈਂ ਕਹਿੰਦਾ ਤੇਰੇ ਵਰਗੀ ਲੋੜ ਵੀ ਨਹੀਂ ਐ ਫ੍ਰੈਸ਼ ਨਹੀਂ ਮੈਂ ਕਹਿੰਦਾ ਬਲੌਕ ਕਰ ਇਹਨੂੰ ਦਵਾ ਕਰ ਐ ਇਦਾਂ ਦੀਆਂ ਨੂੰ ਨਾਲੇ ਅਸੀਂ 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 ਵਿਆਹੇ ਵੀ ਨਹੀਂ ਗੱਲ ਪੁੱਛੀ ਦੀ ਭਾਵੇਂ ਸਾਡੇ ਕਿਸੇ ਦਾ ਕੋਈ ਆ ਜੇ ਨਾ ਭਗਤ ਇੱਥੇ ਆ ਹੀ ਨਹੀਂ ਉਹ ਪੁੱਛੀਦਾ ਜਾਣ ਪੁੱਝ ਕੇ ਵੀ ਤੂੰ ਬਾਬੇ ਨੂੰ ਮੰਨਦਾ ਸਵਾਲ ਨਹੀਂ ਲਈਦਾ ਮੰਨਦਾ ਤੂੰ ਮੰਨੀ ਜਾਂ ਸਾਨੂੰ ਕੀ ਪਰ ਸਾਡੇ ਵਾਸਤੇ ਤਾਂ ਸੱਚੇ ਹੀ ਰਹਿਣਾ ਵੀ ਬਾਬਾ ਨਾਨਕ ਗੁਰੂ ਗ੍ਰੰਥ ਸਾਹਿਬ ਹੈ ਸੱਚੋ ਹੀ ਹੈ ਅਸੀਂ ਤੇ ਇਹ ਜਿੱਥੇ ਵੀ ਗੱਲ ਛੜੀ ਆ ਪਤਾ ਕਹਿਣਾ ਹੈ ਵੀ ਸੱਚ ਬਿਲਕੁਲ ਭਾਈ ਤੇ ਬਾਈ ਉਹ ਇਨੇ ਜੀ ਨਾਰਾਜ਼ ਹੋ ਗਈ ਵੀ ਤੂੰ ਸਾਡੇ ਗਰਦਾਸ਼ ਮਾਨ ਨੂੰ ਕਿੱਦਾਂ ਗਿਆ ਮੈਂ ਕਿੱਡਾ ਉੱਤੇ ਗੋਲੀ ਮਾਰ ਦਿੱਤੀ ਉਹਨੂੰ ਹੈ ਤੇ ਬਾਬਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਸੰਥਿਆ ਮਤਲਬ ਕਿ ਪੂਰਾ ਗ੍ਰੰਥ ਸਾਹਿਬ ਇਹਨਾਂ ਨੇ ਪੜਿਆ ਆ ਬਾਬਾ ਜੀ ਇਹ ਗ੍ਰੰਥ ਸਾਹਿਬ ਪੂਰਾ ਗ੍ਰੰਥ ਸਾਹਿਬ ਪੜਨ ਚ ਸਿੱਖਣ ਚ ਕਿੰਨਾ ਟਾਈਮ ਲੱਗ ਗਿਆ ਸੀ ਤੁਹਾਨੂੰ 6 ਸਾਲ ਲੱਗ ਗਏ ਸੀ ਜੀ 6 ਸਾਲ ਤੇ ਆਪਣੇ ਕਿੰਨੇ ਅੰਗ ਹੁੰਦੇ ਨੇ ਮਹਾਰਾਜ ਦੇ 1430 ਜੀ 1430 ਤੇ ਇਹ ਮਤਲਬ ਕਿਦਾਂ ਪੜਾਉਂਦੇ ਨੇ ਕੀ ਇਹਨਾਂ ਦਾ ਹੁੰਦਾ ਵੇ ਰੋਜ਼ ਦਾ ਇੱਕ ਅੰਗ ਪੜਾਣਾ ਕਿ ਜਾਂ ਕਿਦਾਂ ਹੀ ਮਤਲਬ ਮਾੜਾ ਕਰਿਓ ਹਾਂ ਬਰੀਫ ਉਹ ਉਹ ਗੱਲ ਇਸ ਤਰ੍ਹਾਂ ਆ ਜਿਨੇ ਪਟਿਆਲੇ ਯੂਨੀਵਰਸਿਟੀ ਤੋਂ 5 ਵਾਰੀ ਐਮਏ ਵੀ ਕੀਤੀ ਹੈ ਨਾ ਪੰਜਾਬੀ ਦੀ ਉਹ ਵੀ ਇਸ ਚ ਫੇਲ ਹੈ 168 ਪਛਾਵਾਂ ਦੀ ਵਰਤੋਏ ਕਿੰਨੀਆਂ ਪਛਾਵਾਂ ਦੀ 168 ਪਛਾਵਾਂ ਦੀ ਗੁਰੂਗ੍ਰਾਂਥ ਸਾਹਿਬ ਵਿੱਚ ਲੈਂਦੀ ਤੇ ਚੜ ਹਾਂਜੀ ਲੈਂਦੀ ਤੇ ਚੜਦੀ ਦੀ ਵਰਤੋ ਕੀਤੀ ਗਈ ਹੈ ਲੈਂਦੀ ਤੇ ਚੜਦੀ ਦੀ ਵਰਤੋਂ ਜਿਵੇਂ ਜਿਵੇਂ ਗੁਰੂ ਸਾਹਿਬ ਫਿਰਦੇ ਰਹੇ ਹਨ ਨਾ ਉਵੇਂ ਗੁਰੂ ਸਾਹਿਬ ਉਚਾਰਨ ਕਰਦੇ ਰਹੇ ਆ ਉਸ ਭਾਸ਼ਾ ਦੇ ਵਿੱਚ ਜਿਵੇਂ ਜਿਵੇਂ ਗੁਰੂ ਸਾਹਿਬ ਆ ਆਪਣੇ ਉਦਾਸੀਆਂ ਕੱਟਦੇ ਰਹੇ ਨੇ ਜਿਹੜੇ ਜਿਹੜੇ ਸ਼ਹਿਰ ਵਿੱਚ ਜਾਂਦੇ ਰਹੇ ਜਿਹੜੀਆਂ ਜਿਹੜੀਆਂ ਸਿਟੀ ਵਿੱਚ ਜਾਂਦੇ ਰਹੇ ਉਸ ਹਿਸਾਬ ਨਾਲ ਗੁਰੂ ਸਾਹਿਬ ਉਚਾਰਨ ਕਰਦੇ ਰਹੇ ਫਿਰ ਉਹਨੂੰ ਸਿੱਖਣ ਲਈ ਸਕੂਲ ਵਿੱਚ ਐਡਮਿਸ਼ਨ ਲੈਣੀ ਪੈਂਦੀ ਏ ਉਹਨੂੰ ਕਹਿੰਦੇ ਆ ਪਹਿਲਾਂ ਮੁਹਾਰਨੀ ਜਿਹੜੀ ਸਿੱਖਣੀ ਪੈਂਦੀ ਏ ਤੇ ਉਹਨੂੰ ਸਿਖਾਂਗੇ ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ ਸਕਾਂਗੇ ਨਹੀਂ ਤਾਂ ਨਹੀਂ ਇਹ ਅਖਬਾਰ ਨਹੀਂ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਅਸੀਂ ਪੰਜਾਬੀ ਪੜ ਲਈ ਤਾਂ ਠੀਕ ਆ ਹੁਣ ਹਰ ਚੀਜ਼ ਦਾ ਇੱਕ ਟੈਕਨੀਕਲੀ ਹੁੰਦਾ ਆ ਪੜਨਾ ਟੈਕਨੀਕਲੀ ਪੜਨਾ ਟੈਕਨੀਕਲੀ ਬਣਾਉਣਾ ਟੈਕਨੀਕਲੀ ਬੋਲਣਾ ਜਿਹੜੀ ਟੰਗ ਦੀ ਪ੍ਰੈਕਟਿਸ ਆ ਉਹ ਵੀ ਕਰਨੀ ਪੈਂਦੀ ਆ ਅੱਛਾ ਤੇ ਇਹ ਚੀਜ਼ ਦਾ ਫਰਕ ਆ ਹਾਂਜੀ ਜਦੋਂ ਦਸਵੇਂ ਪਾਤਸ਼ਾਹ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਰਾ ਸੰਪੂਰਨ ਕੀਤਾ ਸੀ ਨਾ ਸ਼ੈਨ ਕੀਤੇ ਸੀਗੇ ਗੁਰੂ ਗੰਗ ਸਾਹਿਬ ਮਹਾਰਾਜ ਤੇ ਵੀ ਹਾਂਜੀ ਇਹ ਗੁਰਗ੍ਰੰਥ ਸਾਹਿਬਾਰੇ ਸੰਪੂਰਨ ਹੋ ਚੁੱਕੇ ਆ ਹੁਣ ਇਹ ਤੁਹਾਡਾ ਸ਼ਬਦ ਗੁਰੂ ਏ ਇਹਨੂੰ ਤੁਸੀਂ ਮੱਥਾ ਟੇਕਣਾ ਆ ਹਨਾ ਤੇ ਗੁਰੂ ਸਾਹਿਬ ਨੂੰ ਸੰਗਤ ਕਹਿੰਦੀ ਸੀ ਵੀ ਤੁਸੀਂ ਮਹਾਰਾਜ ਇਹ ਉਚਾਰਨ ਲੇਖਤਾ ਦਿੱਤਾ ਆ ਗੁਰਗ੍ਰੰਥ ਸਾਹਿਬਾਰੇ ਉਚਾਰਨ ਕਰ ਦਿੱਤੇ ਆ ਪਰ ਇਹਨੂੰ ਪੜ੍ਹਨਾ ਕੌਣ ਸਿਖਾਊਗਾ ਉਹਨਾਂ ਨੇ ਫਿਰ ਦੋ ਸਕੂਲ ਥਾਪੇ ਸੀ ਇੱਕ ਦਮਦਮੀ ਟਕਸਾਲ ਇੱਕ ਭਾਈ ਮਨੀ ਸਿੰਘ ਦੀ ਟਕਸਾਲ ਦੋ ਟਕਸਾਲਾਂ ਥਾਪੀਆਂ ਜਗੀਆਂ ਪਹਿਲੇ ਮੁਖੀ ਦਮਦਮੀ ਟਕਸਾਲ ਦੇ ਬਾਬਾ ਦੀਪ ਸਿੰਘ ਹੋਏ ਸੀ ਤੇ ਭਾਈ ਮਨੀ ਸਿੰਘ ਪਹਿਲੇ ਮੁਖੀ ਹੋਏ ਸੀਗੇ ਜਿਹੜੇ ਦਾਮਦਮੀ ਟਕਸਾਲ ਦੇ 14ਵੇਂ ਮੁਖੀ ਦੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਨ ਵਾਲੇ ਤੇ ਉਸ ਸਕੂਲ ਹਾਂਜੀ ਉਸ ਸਕੂਲ ਤੋਂ ਸ਼ੁਰੂਆਤ ਹੋਈ ਆ ਗੁਰਬਾਣੀ ਦੇ ਉਚਾਰਨ ਦੀ ਠੀਕ ਇਹ ਬੜੀ ਸੋਹਣੀ ਯਾਰ ਅਸੀਂ ਨਾ ਮੈਂ ਤੇ ਤੁਸੀਂ ਨਾ ਥੋੜੇ ਜੇ ਮੈਂ ਆਪਣੀ ਆਡੀਅנס ਤੋਂ ਸਾਡੇ ਥੋੜੇ ਜੇ ਮੈਚੂਰ ਹੋ ਵਾ ਅਸੀਂ ਕਹੇਦੇ ਨਾ ਗੁਰੂ ਗ੍ਰੰਥ ਸਾਹਿਬ ਬਾਰੇ ਪੂਰੀ ਗੱਲਬਾਤ ਕਰਾਂਗੇ ਤੇ ਬੜੀਆਂ ਗੱਲਾਂ ਨੇ ਯਾਰ ਸਾਡੇ ਤਾਂ ਇਤਿਹਾਸ ਇੰਨਾ ਕੁ ਵਿਸ਼ਾਲ ਹੈ ਨਾ ਬਾਬਾ ਜੀ ਤੁਸੀਂ ਇਤਿਹਾਸ ਵੀ ਪੜਿਆ ਆਪਣਾ ਤੁਸੀਂ ਇਹ ਸੋਚੋ ਇਤਿਹਾਸ ਵੀ ਪੜਿਆ ਵਾ ਮੈਂ ਤੁਹਾਨੂੰ ਇਹ ਦੱਸਦਾ ਵਾਂ ਵੀ ਬਾਬੇ ਨੂੰ ਕੀ ਲੋਡ ਪੈ ਗਈ ਖੱੱਚਾਂ ਮਾਰਨ ਦੀ ਜੇ ਬਾਬੇ ਨੇ ਇੰਨਾ ਕੁ ਸਿੱਖਿਆ ਇਹ ਵੀ ਸਵਾਲ ਆ ਮੇਰਾ ਇੱਕ ਭਾਜੀ ਬਿਲਕੁਲ ਬਿਲਕੁਲ ਇਹੀ ਤੇ ਮੇਨ ਸਵਾਲ ਹੈ ਨਾ ਇਹੀ ਮੇਨ ਸਵਾਲ ਹੈ ਕਿ ਕੀ ਲੋਡ ਪੈ ਗਈ ਤੁਸੀਂ ਕੀ ਲੋਡ ਪੈ ਗਈ ਵੀ ਬਾਬੇ ਦਾ ਬਾਬੇ ਦੀ ਮੱਤ ਤੇ ਥੋੜੋ ਪੜਦਾ ਪੈ ਗਿਆ ਜੇ ਮੱਤ ਤੇ ਪੜਦਾ ਪੈ ਗਿਆ ਹੁੰਦਾ ਤੇ ਬਾਬਾ ਪਾਗਲ ਹੋਣਾ ਸੀ ਗੁਰੂ ਸਾਹਿਬ ਵੱਲੋਂ ਤੇ ਬਾਬੇ ਨੂੰ ਤੇ ਸਾਰੀਆਂ ਚੀਜ਼ਾਂ ਯਾਦ ਹੈ ਜਿਹੜੀ ਸਿੱਖੀ ਆ ਜਾਂ ਕੁਝ ਵੀ ਹੈ ਨਾ ਕੋਈ ਵੀ ਚੀਜ਼ ਕੀ ਹੋਈ ਹੁਣ ਇਤਿਹਾਸ ਦੀ ਗੱਲ ਬਾਤ ਜੀ ਕਰਦੇ ਪਿਆ ਭਾਜੀ ਸਾਨੂੰ ਵਾਜੇ ਤੋਂ ਵੇਲ ਨਹੀਂ ਸੀ ਅਸੀਂ ਇਤਿਹਾਸ ਕਿੱਥੋਂ ਯਾਦ ਕਰਨਾ ਸੀ ਕਿਉਂਕਿ ਜੂ 10-10 ਘੰਟੇ ਅਸੀਂ ਵਾਜਾ ਲੈ ਕੇ ਬੈੰਨੇ ਆ ਜਿੰਨਾ ਕਿ ਸਾਨੂੰ ਨੌਲੇਜ ਇਕੱਠੀ ਕਰ ਸਕੇ ਅਸੀਂ ਓਨੀ ਕੁ ਕਿਸੇ ਨੂੰ ਦੱਸ ਸਕਦੇ ਆ ਅਸੀਂ ਅਸੀਂ ਨੌਲੇਜ ਇਕੱਠੀ ਕੀਤੀ ਹੈ ਜਿਹੜਾ ਰਾਗੀ ਹੁੰਦਾ ਨਾ ਰਾਗੀ ਭਾਜੀ 30 ਤੋਂ 35 ਸਾਲ ਸਿਰਫ ਵਾਜਾ ਹੀ ਵਿਚਾਰਾ ਵਜਾਈ ਜਾਂਦਾ ਉਹਨੂੰ 40 ਸਾਲ ਦਾ ਹੋ ਕੇ ਹੀ ਪਤਾ ਲੱਗਦਾ ਅੱਛਾ ਹਜੇ ਵੀ ਮੈਂ ਕੱਚਾ ਸੀ ਇਸ ਚੀਜ਼ 'ਚ ਹਜੇ ਵੀ ਮੈਂ ਇਹਨੂੰ ਸਿੱਖਣਾ ਸੀ ਇਹ ਚੀਜ਼ ਆ ਭਾਜੀ ਤਾਂ ਹੀ ਕਰਕੇ ਕਥਾਵਾਚਕ ਇਤਿਹਾਸ yaad ਕਰਦਾ ਹੈ ਗ੍ਰੰਥੀ ਗੁਰਬਾਣੀ ਉਚਾਰਨ ਠੀਕ ਕਰਦਾ ਹੈ ਰਾਗੀ ਸਿੰਘ ਗਾ ਕੇ ਗੁਰਬਾਣੀ ਸੁਣਾਉਂਦਾ ਹੈ ਤੇ ਢਾਡੀ ਵਾਰਾਂ ਢਾਡੀ गा ਕੇ ਸੁਣਾਉਂਦੇ ਨੇ ਕਵੀਸ਼ਰੀ ਇਤਿਹਾਸ ਕਵੀਸ਼ਰੀ ਵਾਂਗੂ yaad ਕਰਕੇ ਸੁਣਾਉਂਦਾ ਹੈ ਬਾਬਾ ਜੀ ਸਮਾਪਤੀ ਦਾ ਟਾਈਮ ਹੋ ਗਿਆ ਤੇ ਕੋਈ ਆਪਣੇ ਮਨ ਪਸੰਦਾ ਕੋਈ ਸ਼ਬਦ ਕੋਈ ਐਸਾ ਜਿਹੜਾ ਬਾਲੀਵੁੱਡ ਨਾਲ ਟਿਊਨ ਜਿਹੜਾ ਤੁਸੀਂ ਮੈਨੂੰ ਕੱਲ ਸੁਣਾ ਰਹੇ ਸੀ ਥੋੜਾ ਜਿਹਾ ਬਾਲੀਵੁੱਡ ਦਾ ਵੀ ਟੱਚ ਹੋਵੇ ਤੇ ਜਿਹੜਾ ਯੂਥ ਨੂੰ ਸਮਝ ਆ ਜੇ ਤਾਂ ਮੈਂ ਕਿਹਾ ਹੌਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਹੌਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਂਦ ਬਹਿ ਬਹਿ ਮੈਂ ਨੀਂਦ ਬਹਿ ਬਹਿ ਵਹ ਚੱਲੇ ਜਿਓ ਹੌ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਹੌ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਬਹੁਤ ਖੂਬਸੂਰਤ ਬਾਬਾ ਜੀ ਬਹੁਤ ਖੂਬਸੂਰਤ ਬਾਬਾ ਜੀ ਬਹੁਤ ਖੂਬਸੂਰਤ ਮੈਂ ਕਹਿੰਦਾ ਪੰਜਾਬ ਦੇ 90% ਸਿੰਗਰਾਂ ਨਾਲੋਂ ਵਧੀਆ ਤੁਸੀਂ ਗਾਉਂਦੇ ਹੋ ਬਿਨਾ ਟੁੱਟੀ ਹੁਣ ਤੂੰ ਤੇ ਬਾਬਾ ਜੀ ਤੁਸੀਂ ਬਾਕੀ ਮੈਂ ਆਡੀਅੰਸ ਨੂੰ ਦੱਸਦਾ ਜਿਹੜੇ ਵੀ ਵੇਖ ਰਹੇ ਨੇ ਕੋਈ ਡੀਮੋਟੀਵੇਸ਼ਨ ਵਾਲੀ ਗੱਲ ਨਹੀਂ ਬਾਬਾ ਜੀ ਨਾਲ ਸਿਸਟਮ ਨੇ ਧੱਕਾ ਕੀਤਾ ਤੇ ਬਿਲਕੁਲ ਆਪਣੇ ਜਿਨ੍ਹਾਂ ਜਿਹੜਾ ਵੀ ਚਾਹਦਾ ਹੈ ਕਿ ਮੇਰਾ ਪੁੱਤਰ ਵੱਡਾ ਹੋ ਕੇ ਕੋਈ ਰਾਗੀ ਸਿੰਘ ਬਣੇ ਕੋਈ ਕੀਰਤਨੀਏ ਸਿੰਘ ਬਣੇ ਬਣਾਓ ਉਹਨੂੰ ਸ਼ੌਂਕੀਆ ਤੌਰ ਤੇ ਬਣਾਓ ਉਹਨੂੰ ਇਧਰ ਪੈਸਿਆਂ ਵੱਲ ਨਾ ਪਾਓ ਹਾਂ ਸ਼ੌਂਕੀਆ ਤੌਰ ਤੇ ਵਧੀਆ ਬਣਾਓ ਕਿ ਗੁਰੂ ਸਾਹਿਬ ਦਾ ਉਹ ਧੰਨਵਾਦ ਕਰੇ ਮੱਥਾ ਟੇਕ ਕੇ ਉੱਥੇ ਸ਼ਬਦ ਉਚਾਰਨ ਕਰਕੇ ਆਵੇ ਗੁਰੂ ਸਾਹਿਬ ਨਾਲ ਜੁੜਿਆ ਰਹੇ ਪਰ ਇਹਨੂੰ ਪੈਸੇ ਵੱਲ ਨਾ ਤੋਰਿਓ ਜਿੰਨੇ ਤੱਕ ਇਦਾਂ ਦਾ ਸਿਸਟਮ ਚੱਲ ਰਿਹਾ ਹੈ ਹੋ ਸਕਦਾ ਅੱਗੇ ਕੋਈ ਬਹੁਤ ਵਧੀਆ ਸਾਡਾ ਲੀਡਰ ਆ ਜਾਏ ਜਿਹੜਾ ਪਾਟੇ ਸਿੰਘਾਂ ਕਿਰਤਨ ਸਿੰਘਾਂ ਦੀ ਬਾਹ ਫੜੇ ਤੇ ਉਹਨਾਂ ਨੂੰ ਕਵੇ ਕਿ ਤੁਸੀਂ ਹੋਰ ਕੋਈ ਕੰਮ ਨਹੀਂ ਕਰਨਾ ਤੁਹਾਡਾ ਕੰਮ ਹੈ ਪੀ ਸਿੱਖੀ ਦਾ ਉਪਦੇਸ਼ ਘਰ-ਘਰ ਚ ਫਲਾਣਾ ਤੇ ਹੈਨਾ ਪ੍ਰਚਾਰ ਕਰਨਾ ਤੇ ਤੁਹਾਨੂੰ ਤੁਹਾਡੇ ਮਹੀਨੇ ਚ ਆਹ ਹਾ ਹਰ ਮਹੀਨੇ ਤੁਹਾਡੇ ਅਕਾਊਂਟ ਚ ਇਨੇ ਨੇ ਪੈਸੇ ਆਏ ਆ ਕਰਨਗੇ 50 ਹਜ਼ਾਰ ਲੱਖ ਜਿਹੜੀ ਵੀ ਉਸ ਟਾਈਮ ਦੀ ਤਨਖਾਹ ਆਈ ਤੇ ਫੇਰ ਹੀ ਮੇਰੇ ਹਿਸਾਬ ਨਾਲ ਗੱਲ ਬੰਨੀ ਹੈ 우ਸਤਾਦ ਇਕੱਲੇ ਤੇ ਨਹੀਂ ਜੇ ਇਕੱਲੇ ਆਹੀ ਬਾਬੇ ਨੂੰ ਗਾਲਾਂ ਕੱਢਣ ਲੱਗ ਪੀਏ ਬਾਬਾ ਤੂੰ ਸਿੱਖੀ ਦਾ ਕਹਾਣ ਕਰਦਾ ਬਾਬੇ ਦਾ ਵੀ ਕਸੂਰ ਨਹੀਂ ਆ ਇੰਨਾ ਜਿੰਨਾ ਸਾਡੇ ਸਿਸਟਮ ਦਾ ਬਿਲਕੁਲ ਭਾਈ ਬਿਲਕੁਲ ਬਾਕੀ ਰਾਗੀ ਸਿੰਘਾਂ ਨੂੰ ਪੇਟਾ ਖੋਲ ਕੇ ਦਿਆ ਕਰੋ ਉਹ ਵੀ ਆਪਣੇ ਘਰ ਚ ਲਾਉਂਦੇ ਨੇ ਹਨਾ ਆਪਾਂ ਖਾ ਪੀ ਲੈਨੇ 5-7000 10000 ਦਾ ਜੇ ਕਿਤੇ ਬੈੰਨੇ ਆ ਹਨਾ ਤੇ ਮੈਂ ਦੇਖਿਆ ਹੀ ਆ ਲੋਕ ਹੋਣ ਮੇਰੀ ਤਾਂ ਪਹਿਲਾਂ ਜ਼ਿੰਦਗੀ ਅੰਦਰ ਹੀ ਰਹਿੰਦੀ ਸੀ ਹੁਣ ਮੈਂ ਲੋਕਾਂ ਨੂੰ ਦੇਖਦਾ ਬਾਹਰ ਨਿਕਲਦਾ ਜਦੋਂ ਲੋਕਾਂ ਨਾਲ ਮਿਲਿਆ ਵਾ ਲੋਕ ਵੀ ਮੈਨੂੰ ਮਿਲਦੇ ਨੇ ਤੇ ਕਿੰਨਾ-ਕਿੰਨਾ ਖਰਚਾ ਕਰ ਦਿੰਦੇ ਆ ਤੇ ਰਾਗੀ ਸਿੰਘਾਂ ਦਾ ਗਰੰਥੀ ਸਿੰਘਾਂ ਦਾ ਜ਼ਰੂਰ ਖਿਆਲ ਰੱਖੋ ਉਹਨਾਂ ਨੂੰ ਮਤਲਬ ਕਿ ਠਿੱਲੇ ਨਾ ਪੈਂਡ ਦੋ ਕਿ ਉਹਨਾਂ ਦਾ ਮਨ ਦੁਖੀ ਹੋਵੇ ਤੇ ਉਹਨਾਂ ਨੂੰ ਉਤਸ਼ਾਹਿਤ ਕਰਕੇ ਰੱਖੋ ਕੁਝ ਨਾ ਕੁਝ ਆਪਣੇ ਵੱਲੋਂ ਤੁਹਾਡਾ ਦਿਲ ਕਰਦਾ ਨਾ ਕਿਸੇ ਨੂੰ ਅਸੀਂ ਦਾਨ ਪੁੰਨ ਕਰਨਾ ਤੇ ਰਾਗੀ ਗਰੰਥੀ ਨੂੰ ਜ਼ਰੂਰ ਦੇ ਆਇਆ ਕਰੋ ਨਾਲੇ ਰਾਗੀ ਜਿੱਦਾਂ ਤੁਸੀਂ ਤੁਸੀਂ ਕੱਲ ਕਹਿਆ ਨਹੀਂ ਮੈਂ ਕਹੇ ਬਾਬਾ ਜੀ ਤੁਸੀਂ ਕਿੰਨੇ ਕ ਭੇਟਾ ਲੈ ਲੈਂਦੇ ਜਿੱਦੋਂ ਕਿਸੇ ਦੇ ਘਰ ਕੀਰਤਨ ਕਰਨ ਜਾਂਦੇ ਸੀ ਤੁਸੀਂ ਕਿਹਾ ਨਹੀਂ ਮੈਂ ਕਹਿੰਦਾ ਸੀ ਕਿ ਜਿੰਨੀ ਢੋਡੀ ਸ਼ਰਤ ਹੈ ਤੇ ਮੈਂ ਤੁਹਾਨੂੰ ਫਿਰ ਕਿਹਾ ਪਿਓ ਫਿਰ ਸਹੀ ਤੇ ਐਸੀ ਆਪਣੀ ਸ਼ਰਤ ਨਾਲ 10 ਵੀ ਦੇ ਦਿੰਦੇ ਸੀ 5 ਵੀ ਦੇ ਦਿੰਦੇ ਸੀ ਤੁਸੀਂ ਕਹਤੋਂ ਕਹਿੰਦੇ ਹੋ ਆਪਣੀ ਸ਼ਰਤ ਨਾਲ ਦੇ ਦੋ ਤੇ ਮੈਂ ਕਹਿੰਦਾ ਵੀ ਰਾਗੀ ਸਿੰਘ ਨੂੰ ਇਹ ਵੀ ਆਪਣਾ ਜਿਹੜਾ ਡਾਇਲੋਗ ਹੈ ਨਾ ਇਹ ਵੀ ਬੰਦ ਕਰ ਦੇਣਾ ਚਾਹੀਦਾ ਵੀ ਆਪਣੀ ਸ਼ਰਤਾਂ ਨਾਲ ਬਿਲਕੁਲ ਕਹਿ ਦਿਆ ਕਿ ਕਿ ਹਾਲਾਤ ਇਦਾਂ ਦੇ ਨੇ ਹਾਲਾਤ ਇਦਾਂ ਦੇ ਨੇ ਜੇ ਸਾਡੀ ਕਮੇਟੀ ਬਹੁਤ ਵਧੀਆ ਹੋਵੇ ਨਾ ਪਿੱਛੇ ਸਪੋਰਟ ਕਰਦੀ ਹੋਵੇ ਫਿਰ ਕੋਈ ਰਾਗੀ ਸਿੰਘ ਕਵੇ ਵੀ ਮੈਨੂੰ ਇੰਨਾ ਦੋ ਫਿਰ ਤੋਂ ਰਾਗੀ ਸਿੰਘ ਦਾ ਵਿਰੋਧ ਕਰਨਾ ਪੈਂਦਾ ਹੈ ਵੀ ਤੈਨੂੰ ਜਦੋਂ ਸਰਕਾਰ ਵੀ ਇਹਨੇ ਪੈਸੇ ਦੇਣ ਦੀ ਤੂੰ ਸਾਡੇ ਕੋਲ ਮੰਗਣ ਡਿਆ ਫੇਰ ਬੰਦਾ ਪਰ ਹੁਣ ਕੋਈ ਨਹੀਂ ਸਾਥ ਦੇ ਰਿਹਾ ਇਸ ਕਰਕੇ ਸਾਡਾ ਫਰਜ ਬੰਦਾ ਸਾਥ ਦੇਣਾ ਬਿਲਕੁਲ ਭਾਜੀ ਬਿਲਕੁਲ ਸਾਰਿਆਂ ਨੂੰ ਪਿਆਰ ਭਰੀ ਬਾਕੀ ਜੀ 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 ਕਹਿ ਲੋ ਕਹਿ ਲੋ ਕਲ ਨਹੀਂ ਕੋਈ ਨਹੀਂ ਕੋਈ ਨਹੀਂ ਭਾਜੀ ਅੱਛਾ ਤੇ ਮੈਂ ਇੱਕ ਗੱਲ ਕਰ ਸਕਦਾ ਆ ਵੀ ਤੁਹਾਨੂੰ ਪਤਾ ਹੀ ਆ ਵੀ ਤੁਹਾਡੇ ਭਰਾ ਨੇ YouTube ਚੈਨਲ ਸ਼ੁਰੂ ਕੀਤਾ ਹੈ ਤੇ ਭਾਜੀ ਤੁਸੀਂ ਵੀ ਸਪੋਰਟ ਕਰੋ ਜਰੂਰ ਤੇ ਤੁਸੀਂ ਵੀ ਆਪਣੇ ਵੱਲੋਂ ਕਹਿ ਦਿਓ ਵੀ ਭਰਾ ਦਾ YouTube ਚੈਨਲ ਹੈ ਬਾਬਾ ਜੀ 1101 ਸਾਰੇ ਸਬਸਕ੍ਰਾਈਬ ਕਰੋਗੇ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦਾਂਗਾ ਤੁਸੀਂ ਬਾਬਾ ਜੀ ਨੂੰ ਸਬਸਕ੍ਰਾਈਬ ਕਰਿਓ ਬਾਬਾ ਜੀ ਜੇ ਮਾੜਾ ਕੰਟੈਂਟ ਬਣਾਣਗੇ ਤੇ ਮੈਨੂੰ ਦੱਸਿਓ ਤੇ ਚੰਗੇ ਕੰਟੈਂਟ ਨੂੰ ਸਪੋਰਟ ਕਰਿਓ ਹਾਂਜੀ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਤੇ ਆਪ ਤੁਹਾਨੂੰ ਤੁਹਾਨੂੰ ਤੇ ਆਪ ਹੀ ਪਤਾ ਲੱਗ ਜਾਣਾ ਸਾਹਮਣੇ ਆ ਜਾਂਦੇ ਹੁੰਦੇ ਨੇ ਆ ਜਾਂਦੇ ਹੁੰਦੇ ਨੇ ਭਾਜੀ ਹਾਂ ਆ ਜਾਂਦੇ ਨੇ ਸਾਹਮਣੇ ਆ ਜਾਂਦੇ ਹੁੰਦੇ ਨੇ ਠੀਕ ਹੈ ਬਾਬਾ ਜੀ ਤੁਸੀਂ ਆਪਣਾ ਖਿਆਲ ਰੱਖੋ ਵਦੋ ਫੁੱਲੋ ਹਾਂਜੀ ਹਾਂਜੀ ਤੇ ਆਹੀ ਸਰੂਪ ਚ ਰਹੋ ਤੇ ਵਧੀਆ ਗੱਲ ਐ ਕੋਈ ਸਰੂਪ ਬਾਰੇ ਬਦਲ ਸੋਚਿਆ ਕੋਸ਼ਿਸ਼ ਕਿ ਮੈਂ ਸਰੂਪ ਬਦਲਣਾ ਪੜਾ ਨਹੀਂ ਨਹੀਂ ਭਾਜੀ ਇਹ ਮੇਰੀ ਮੰਮੀ ਨੇ ਜ਼ਹਿਰ ਦੇ ਦੇਣਾ ਐ ਮੈਨੂੰ ਵੀ ਮੈਂ ਵਾਲ ਕੱਟਦੇ ਹਾਂ ਨਹੀਂ ਨਹੀਂ ਠੀਕ ਠੀਕ ਚਲੋ ਠੀਕ ਐ ਜੀ ਇਹਦਾ ਐ ਭਾਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲਓ ਜੀ ਪਾਪਾ ਜੀ ਬਹੁਤ ਵਧੀਆ ਹੋ ਗਿਆ ਹਾਂਜੀ ਭਾਜੀ